ਸਾਤਸਰੀય ਕਾਲ ਤੁਸੀਂ ਦੇਖ ਰਹੇ ਹੋ ਦਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਸਿਆਸੀ ਬਾਦ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਧੰਨਵਾਦ ਪ੍ਰੋਫੈਸਰ ਸਾਹਿਬ ਪੂਰੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਦੁਨੀਆ ਦੇ ਜਿੱਥੇ ਜਿੱਥੇ ਸਿੱਖ ਵਸਦੇ ਨੇ ਅੱਜ ਅਸੀਂ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਸਟੈਂਡ ਲੈਂਦੀ ਹੈ ਅਰਵਿੰਦ ਕੇਜਰੀਵਾਲ ਖੁਰਾਂ ਦੇ ਪਿਛਲੇ ਬਿਆਨਾਂ ਨੂੰ ਦੇਖਦੇ ਆ ਉਮੀਦ ਲੱਗ ਰਹੀ ਸੀ ਕਿ ਸ਼ਾਇਦ ਕੋਈ ਇਹੋ ਜਿਹਾ ਕਿਤੇ ਪੱਖ ਨਾ ਰੱਖਿਆ ਜਾ ਜਿਸ ਨਾਲ ਪੰਜਾਬ ਦੀ ਵੀ ਜਿਹੜਾ ਉਹ ਜਾਂਦਾ ਲੱਗੇ ਹੁਣ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੁਝ ਆ ਕੇ ਮੀਡੀਆ ਨੂੰ ਦੱਸਿਆ ਜਾਂ ਜਿਹੜੀ ਗੱਲਬਾਤ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਤਰ ਦੇ ਨਾਲ ਹੋਈ ਹੈ ਉਹਨੂੰ ਲੈ ਕੇ ਮੀਡੀਆ ਦੇ ਵਿੱਚ ਇੱਕ ਧੜੇ ਦੇ ਵਿੱਚ ਇਹੋ ਜਿਹਾ ਪ੍ਰਚਾਰ ਵੀ ਹੈ ਜਾਂ ਕਹਿ ਲਓ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਟਰੋਲ ਆਰਮੀ ਜਿਹਨੂੰ ਕਹਿ ਸਕਦੇ ਆ ਕਿ ਉਹ ਲੱਗੀ ਹੁੰਦੀ ਆ ਉਹ ਇਸ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਕਿ ਜਿਵੇਂ ਅਸੀਂ ਪਾਣੀਆਂ ਦੇ ਮੁੱਦੇ ਦੇ ਉੱਤੇ ਜੱਗ ਜਿੱਤ ਚੁੱਕੇ ਆ ਇਸ ਤੋਂ ਬਾਅਦ ਅੱਗੇ ਕੁਝ ਨਹੀਂ ਇਸ ਤਰੀਕੇ ਦੇ ਨਾਲ ਕਿ ਹੁਣ ਐਸਵਾਈਐਲ ਦਾ ਮੁਰਦਾ ਜਿਹੜਾ ਆ ਉਹ ਫੇਰ ਨਹੀਂ ਉਖਾੜਿਆ ਜਾਏਗਾ ਦੂਜੀ ਗੱਲ ਇਹ ਵੀ ਆ ਕਿ ਭਾਜਪਾ ਵਾਲੇ ਹਾਲੇ ਵੀ ਇਹ ਗੱਲ ਕਹਿ ਰਹੇ ਨੇ ਕਿ ਜੇ ਹਰਿਆਣੇ ਨੂੰ ਪਾਣੀ ਨਾ ਮਿਲਿਆ ਤਾਂ ਇੱਕ ਸਿੱਧੀ ਜੱਗ ਜਿਹੜੀ ਆ ਉਹ ਪੰਜਾਬ ਦੇ ਨਾਲ ਛਿੜ ਜਾਣੀ ਆ ਤਕੋ ਬੀਜੇਪੀ ਦਾ ਤਾਂ ਕੰਮ ਹੀ ਇਹੋ ਆ ਇੱਕ ਦੂਜੇ ਨਾਲ ਲੜਾ ਕੇ ਕੰਮ ਆਪਣਾ ਕੱਢਣਾ ਬੀਜੇਪੀ ਚਾਹੁੰਦੀ ਆ ਕਿ ਜੇ ਪੰਜਾਬ 'ਚ ਸਾਨੂੰ ਨਹੀਂ ਵੀ ਕੁਝ ਮਿਲਦਾ ਘੱਟੋ ਘੱਟ ਸਾਡਾ ਮੋਰਚਾ ਰਾਜਨੀਤਿਕ ਜਿਹੜਾ ਜਮਾਵੜਾ ਉੱਥੇ-ਉੱਥੇ ਦੇ ਮਜ਼ਬੂਤ ਰਹੇ ਉਹਨਾਂ ਦਾ ਕਿਲਾ ਮਜ਼ਬੂਤ ਰਹੇ ਖੱਟਣ ਵਾਲਾ ਖੱਟਣ ਨੇ ਤੁਹਾਨੂੰ ਪਤਾ ਜਦੋਂ ਕਿਸਾਨ ਸਿੰਘੂ ਟਿਕਰੀ ਬਾਰਡਰ ਤੇ ਬੈਠੇ ਸੀ ਉਦੋਂ ਵੀ ਇੱਕ ਦਿਨ ਦਾ ਇਹੋ ਜਿਹਾ ਮੁੱਦਾ ਖੜਾ ਕਰਕੇ ਕੋਸ਼ਿਸ਼ ਕੀਤੀ ਸੀ ਅੱਗ ਲਾਉਣ ਦੀ ਪਰ ਉਹ ਚੱਲੀ ਨਹੀਂ ਉਦੋਂ ਕਿਉਂਕਿ ਲੱਕੜਾਂ ਬੜੀਆਂ ਗਿੱਲੀਆਂ ਸੀ ਗਾਂ ਅੱਗ ਚੱਲੀ ਨਹੀਂ ਓਵਰਆਲ ਅੱਜ ਦੇ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਇਹ ਕਹਾਂ ਕਿ ਜੋ ਬਹੁਤੇ ਲੋਕਾਂ ਨੂੰ ਉਮੀਦ ਸੀ ਉਹ ਹੀ ਹੋਇਆ ਤੇ ਇਹਦੇ 'ਚ ਨਿਕਲਣਾ ਕੁਝ ਨਹੀਂ ਹੈਗਾ ਚੰਗੀ ਗੱਲ ਇਹ ਹੋਈ ਕਿ ਬਹੁਤਾ ਕੋਈ ਗਲਤ ਮਲਤ ਨਹੀਂ ਹੋਇਆ ਮਾੜਾ ਜਿਹਾ ਲੋਕਾਂ ਨੂੰ ਲਗਾਤਾਰ ਇਹ ਸ਼ੱਕ ਜ਼ਰੂਰ ਪੈ ਰਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਜੀ ਜੀਪੀ ਨੂੰ ਤੇ ਖਾਸ ਕਰਕੇ ਅਮਿਤ ਸ਼ਾਹ ਤੇ ਮੋਦੀ ਜੀ ਦੀ ਜੋੜੀ ਨੂੰ ਪਾਣੀ ਪੀ ਪੀ ਕੋਸਦੀ ਆ ਦੂਜੇ ਪਾਸੇ ਕਹਿੰਦੇ ਕਿ ਇਹ ਮਾਮਲਾ ਅਸੀਂ ਜਾ ਕੇ ਪ੍ਰਧਾਨ ਮੰਤਰੀ ਕੋਲ ਲੈ ਜਾਣਾ ਮੈਨੂੰ ਹੁਣੇ ਕਿਸੇ ਚੈਨਲ ਤੇ ਪੁੱਛ ਲਈ ਜੀ ਮੈਂ ਕਿਹਾ ਮੈਨੂੰ ਤੇ ਇੱਕ ਬੜੀ ਬਚਪਨ ਵਾਲੀ ਕਹਾਣੀ ਯਾਦ ਆ ਰਹੀ ਆ ਜਿਹੜੀ ਦੂਜੀ ਤੀਜੀ ਚਮਾਰ ਚ ਚੌਥੀ ਚ ਪੜਾਉਂਦੇ ਸੀ ਸਾਨੂੰ ਕਿ ਉਹ ਰੋਟੀ ਇੱਕ ਮਿਲ ਗਈ ਤੇ ਬਿੱਲੀ ਇੱਕ ਨੇ ਲੈ ਕੇ ਭੱਜਣ ਲੱਗੀ ਦੂਜੀ ਨੇ ਘੇਰ ਲਿਆ ਦੋਵੇਂ ਬਿੱਲੀਆਂ ਆਪਸ ਵਿੱਚ ਲੜ ਪੀਆਂ ਕੀ ਕੀ ਕਰਨ ਉਹ ਕਵੇ ਮੈਂ ਖਾਣੀ ਉਹ ਕਵੇ ਮੈਂ ਖਾਣੀ ਉਹ ਦਰਖਤ ਦੇ ਥੱਲੇ ਸੀ ਉੱਪਰੋਂ ਬਾਂਦਰ ਹੌਲੀ ਜੀ ਉਤਰਿਆ ਕਹਿੰਦਾ ਭੈਣੋ ਤੁਸੀਂ ਲੜਦੀਆਂ ਕਿਉਂ ਜੇ ਆਹ ਲੈ ਕੇ ਮੈਂ ਤੁਹਾਡਾ ਤਰਾਜੂ ਲੈ ਆ ਹੁਣੇ ਹੀ ਇਨਸਾਫ ਕਰਦਾ ਮੈਂ ਤੁਹਾਡਾ ਉਹ ਥੋੜੀ ਜਿਹੀ ਉਧਰੋਂ ਖਾ ਲੇ ਕਹਿੰਦਾ ਲੈ ਹੁਣ ਇੱਧਰ ਜ਼ਿਆਦਾ ਹੋ ਗਈ ਉਹ ਰੌਲਾ ਪਾ ਲਵੇ ਕਿ ਮੈਨੂੰ ਘੱਟ ਮਿਲੀ ਆ ਉਹ ਕਹਿੰਦੇ ਲੈ ਤੇਰਾ ਬਰਾਬਰ ਕਰ ਦਿੰਨੇ ਥੋੜੀ ਜਿਹੀ ਉਧਰੋਂ ਖਾ ਲਵੇ ਦੂਜੇ ਸਬ ਛਾਬੇ ਚੋਂ ਖਾ ਲੇ ਕਰਦਿਆਂ ਕਰਾਉਂਦਿਆਂ ਰੋਟੀ ਸਾਰੀ ਖਾ ਕੇ ਉਹ ਤੇ ਉੱਤੇ ਚੜ ਗਿਆ ਤੇ ਨਾਲੇ ਹੱਸੇ ਤੇ ਬਿੱਲੀਆਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਨਾਲੇ ਹੁਣ ਆਪਣੇ ਮੂੰਹ ਤੇ ਚਪੇੜਾਂ ਵੀ ਮਾਰਨ ਕਿ ਇਹ ਕੀ ਕਰ ਲਿਆ ਅਸੀਂ ਇਹ ਤੇ ਗਲਤ ਜਗ੍ਹਾ ਤੇ ਇਨਸਾਫ ਲੈਣ ਚਲੇ ਗਏ ਇਨਾ ਮਿੰਨੂ ਨਹੀਂ ਸਮਝ ਆਉਂਦੀ ਕਿ ਰੈਫਰੈਂਸ ਤੇ ਹੈ ਸੁਪਰੀਮ ਕੋਰਟ ਦਾ ਸਪਰੀਮ ਕੋਰਟ ਨੇ ਤੁਹਾਨੂੰ ਕਿਹਾ ਤੁਸੀਂ ਉੱਥੇ ਤੇ ਆਪਣਾ ਐਫੀਡੇਵਿਟ ਦਿਓ ਕਿ ਤੁਹਾਡੇ ਕੋਈ ਕੋਈ ਕਿਸੇ ਦਾ ਅਧਿਕਾਰ ਨਹੀਂ ਹੈ ਕਿ ਤੁਹਾਡੇ ਵਕੀਲ ਉੱਥੇ ਇਸ ਗੱਲ ਨੂੰ ਛਾਦੀ ਭਰਦੇ ਆ ਜਿਹੜੀ ਤੁਸੀਂ ਇੱਥੇ ਮੀਟਿੰਗਾਂ ਚ ਜਾਂ ਪ੍ਰੈਸ ਕਾਨਫਰੰਸਾਂ 'ਚ ਕਹਿੰਦੇ ਇੱਕ ਬਹੁਤ ਵੱਡਾ ਮਾਮਲਾ ਹੈਗਾ ਦੂਜੇ ਪਾਸੇ ਬਹਾਨਾ ਕੀ ਪਾਇਆ ਅਸੀਂ ਦੁਨੀਆ ਪਾਰਟੀਆਂ ਨੂੰ ਨਾਲ ਕਿਉਂ ਲਈਏ ਜੀ ਇਹ ਕਹਿੰਦੇ ਗਵਰਨਰਤ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤਾ ਪੁੰਨਾ ਕਹਿੰਦਾ ਉਹਨਾਂ ਦੇ ਤੇ ਕੰਡੇ ਬੀਜੇ ਸੀ ਚੁੰੜ ਰਹੇ ਉਹ ਹੀ ਤੇ ਸਾਡੇ ਪੈਰਾਂ 'ਚ ਲੱਗ ਰਹੇ ਇੱਕ ਹੱਦ ਤੱਕ ਠੀਕ ਆ ਕਿ ਜਿਹੜੀਆਂ ਸੱਤ ਸ਼ਕਤੀਆਂ ਰਾਜਨੀਤਿਕ ਸ਼ਕਤੀਆਂ ਕੇਂਦਰ ਤੇ ਕਾਬਜ਼ ਰਹੀਆਂ ਉਹਨਾਂ ਨੇ ਕੰਡੇ ਬੀਜੇ ਸਿੱਧੇ ਜਾਂ ਅਸਿੱਧੇ ਤੰਗਣਾ ਅ ਕੇਂਦਰ ਦਾ ਇਹ ਸੀਗਾ ਕਿ ਆਪਾਂ ਰਾਜਸਥਾਨ ਨੂੰ ਵੀ ਪਾਣੀ ਦੇਣਾ ਹਰਿਆਣਾ ਨੂੰ ਵੀ ਦਿੱਲੀ ਨੂੰ ਵੀ ਪੀਣ ਵਾਲਿਆਂ ਨੂੰ ਪਾਣੀ ਦੇਣਾ ਹਮਾਚਲ ਨੂੰ ਕਿਉਂਕਿ ਉਹ 올 ਇੰਡੀਆ ਪਾਰਟੀਆਂ ਤੇ ਉਹ ਸਾਰਿਆਂ ਨੂੰ ਖੋਜ ਕਰਨਾ ਚਾਹੁੰਦੀਆਂ ਪਰ ਪੰਜਾਬ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਪਰ ਬਾਕੀ ਦਿਆਂ ਨੂੰ ਵੀ ਪਾਣੀ ਥੋੜਾ ਥੋੜਾ ਵੰਡ ਕੇ ਖੁਸ਼ ਕਰਨਾ ਚਾਹੁੰਦੀ ਤੇ ਇਹੀ ਕਾਰਨ ਸੀ ਕਿ ਬਾਮ ਰੋੜ ਕੇ ਦਰਬਾਰਾ ਸਿੰਘ ਦੀ ਜਿਵੇਂ ਮੈਂ ਕੱਲ ਵੀ ਦੱਸ ਰਿਹਾ ਸੀਗਾ ਕਿ ਉਹਦੇ ਤੋਂ ਦਸਖਤ ਕਰਵਾਏ ਗਏ ਸੀ ਤੇ ਕਪੂਰੀ ਦੇ ਵਿੱਚ ਉਹ ਚਾਂਦੀ ਦੀ ਕਈ ਵਾਲਾ ਟੱਕ ਲਾਇਆ ਗਿਆ ਜਿਹੜਾ ਭਗਵੰਤ ਮਾਨ ਨੇ ਪੋਸਟਰ ਇੰਦਰਾ ਗਾਂਧੀ ਦੇ ਤੇ ਕੈਪਟਨ ਮਰੀਂਦਰ ਦੇ ਦਿਖਾ ਲਿਆ ਪ੍ਰੈਸ ਕੰਪਰ ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਇੰਨੀ ਕ ਇਮਾਨਦਾਰੀ ਭਗਵੰਤ ਮਾਨ ਨੂੰ ਦੱਸਣੀ ਚਾਹੀਦੀ ਹੈ ਕਿ ਉਸੇ ਹੀ ਕੈਪਟਨ ਉਮਰਿੰਦਰ ਸਿੰਘ ਨੇ ਆਪਣੀ ਲੀਡਰਸ਼ਿਪ ਦੇ ਵਿਰੁੱਧ ਜਾ ਕੇ ਉਹਦੀ ਚੀ ਮੰਿਸਟਰੀ ਵੀ ਜਾ ਸਕਦੀ ਸੀ ਉਦੋਂ ਇਹ ਲੋਕਾਂ ਨੇ ਬਹੁਤ ਨਹੀਂ ਕਿਹਾ ਕਿ ਹੋ ਸਕਦਾ ਇਹੋ ਜਾਂ ਵੱਡੀ ਗਾਜ ਗਿਰ ਜਾਏ ਪਰ ਜਿੰਨੇ ਪੁਰਾਣੇ ਸਮਝੌਤੇ ਸੀ ਉਹਨੂੰ ਪੰਜਾਬ ਦੀ ਅਸੈਂਬਲੀ ਚ ਟਰਮੀਨੇਸ਼ਨ ਕਰਵਾਤੀ ਖਤਮ ਕਰਾਤੀ ਇਹਹੀ ਕੰਮ ਜਦੋਂ ਭਾਜਪੀ ਦੇ ਨਾਲ ਗੱਡੀ ਤੇ ਬੈਠੇ ਹੋਏ ਸੀਗੇ ਅਕਾਲੀ ਦਲ ਮਾਰਚ 2016 ਦੇ ਵਿੱਚ ਉਹਨਾਂ ਨੇ ਵੀ ਆਪਣਾ ਇੰਦਰ ਦੇ ਵਿੱਚ 2016 ਚ ਮੋਦੀ ਸਰਕਾਰ ਸੀਗੀ ਉਹਨਾਂ ਦੇ ਵਿਰੁੱਧ ਜਾ ਕੇ ਪੰਗਾ ਲੈ ਕੇ ਇਥੇ ਐਸਵਾਈਐਲ ਨਾਈਟ ਟੰਟਾ ਪਟਾ ਕੇ ਤੇ ਲੋਕਾਂ ਨੂੰ ਜ਼ਮੀਨ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਤਿੰਨ ਕਿ ਦਿਨ ਹੋਈ ਵੀ ਕਾਫੀ ਜ਼ਮੀਨ ਵਾਪਸ ਹੋ ਵੀ ਗਈ ਫਿਰ ਸਟੇ ਮਿਲ ਗਿਆ ਉੱਥੇ ਦਾ ਉੱਥੇ ਗੱਲ ਸਾਰੀ ਖੜੀ ਹੈ ਹੁਣ ਤੁਸੀਂ ਇਹ ਕੱਲਾ ਕਹਿ ਦਿਓ ਕਿ ਜੀ ਇਹਨਾਂ ਦੇ ਕੰਡੇ ਪੀਜੇ ਉਹਨਾਂ ਨੇ ਪੁੱਟਣ ਦੀ ਵੀ ਕੋਸ਼ਿਸ਼ ਕੀਤੀ ਆ ਕਈ ਜਗ੍ਹਾ ਤੇ ਥਿੜਕਣ ਬਾਜ਼ੀਆਂ ਕਈ ਜਗ੍ਹਾ ਤੇ ਮਜਬੂਰੀਆਂ ਸੂਬਿਆਂ ਦੀਆਂ ਜਿਹੜੀਆਂ ਸਰਕਾਰਾਂ ਦੀਆਂ ਹੁੰਦੀਆਂ ਜੇ ਉਹ ਜੇ ਉਹ ਵਾਪਸ ਨਾ ਲੈਂਦੇ ਸਨ ਕਿਆਸੀ ਦੇ ਵਿੱਚ ਜਿਹੜਾ ਕੇਸ ਹੋਤੇ ਸੀ ਇੰਦਰਾ ਗਾਂਧੀ ਦੇ ਖੰਡ ਤੇ ਸੁਪਰੀਮ ਕੋਰਟ ਚ ਚੱਲ ਰਿਹਾ ਸੀਗਾ ਤੇ ਨਾ ਇਹੋ ਜਿਹਾ ਸਮਝੌਤਾ ਹੁੰਦਾ ਤੇ ਸ਼ਾਇਦ ਅੱਜ ਇੰਨੀ ਲੜੇ ਬਾਜੀ ਨਾ ਹੁੰਦੀ ਇਹ ਗੱਲਾਂ ਠੀਕ ਹੈਗੀਆਂ ਪਰ ਇਹ ਭਗਵੰਤ ਮਾਨ ਉਹ ਨਹੀਂ ਠੀਕ ਕਹਿ ਰਿਹਾ ਪਰ ਉਹਨਾਂ ਦੀਆਂ ਹੀ ਪਾਰਟੀਆਂ ਦੇ ਲੀਡਰਾਂ ਨੇ ਸੂਬਿਆਂ ਦੇ ਵਿੱਚ ਕੁਰਬਾਨੀਆਂ ਵੀ ਕੀਤੀਆਂ ਜਿਹੜੀ ਕਿ ਹੁਣ ਤੁਹਾਡੀ ਵਾਰੀ ਹੈ ਤੁਸੀਂ ਇੱਕ ਵਾਰੀ ਵੀ ਨਹੀਂ ਕਹਿੰਦੇ ਕਿ ਪਾਣੀਆਂ ਦੀ ਓਨਰਸ਼ਿਪ ਪਾਣੀ ਅਦੀ ਨਿੱਜੀ ਮਲਕੀਅਤ ਪੰਜਾਬ ਦੀ ਹੈ ਇੰਜ ਕਿਉਂ ਨਹੀਂ ਕਹਿੰਦੇ ਵੀ ਪਤਾ ਆ ਜੇ ਇੰਜ ਕਹਿਣਗੇ ਤੇ ਫਿਰ ਦਿੱਲੀ ਨੂੰ ਵੀ ਪੈਸੇ ਦੇਣੇ ਪੈਣਗੇ ਜਿਹੜਾ ਕੇਜਰੀਵਾਲ ਪਾਣੀ ਇੱਥੇ ਦਾ ਤੇ ਜਿਹੜੇ ਹਰਿਆਣੇ ਵਾਲੇ ਪਾਣੀ ਹੁਣ ਜਾ ਰਿਹਾ ਜਿੰਨਾ ਕਿ ਇਧਰੋਂ ਉਹਦਾ ਵੀ ਮੁਆਵਜ਼ਾ ਤੇ ਰਾਜਸਥਾਨ ਦਾ ਵੀ ਮੁਆਵਜ਼ਾ ਤੇ ਫਿਰ ਪ੍ਰਧਾਨ ਮੰਤਰੀ ਦਾ ਚਿਹਰਾ ਕਿਵੇਂ ਚਮਕੂਗਾ ਕੇਜਰੀਵਾਲ ਦਾ ਕਿਉਂਕਿ ਉਹ ਵੀ ਤੇ ਨੈਸ਼ਨਲ ਲੀਡਰ ਹੀ ਹੈ ਨਾ ਇਹ ਗੱਲ ਦਾ ਨਾਂ ਨਹੀਂ ਲੈਂਦੇ ਲੈਣਾ ਚਾਹੀਦਾ ਸਾਨੂੰ ਸਾਫ਼-ਸਾਫ਼ ਕਹਿਣਾ ਚਾਹੀਦਾ ਆ ਕਿ 에ਰਪੀਰੀਅਨ ਪ੍ਰਿੰਸੀਪਲ ਦੇ ਤਹਿਤ ਪਾਣੀ ਦਾ ਉੱਤੇ ਪੰਜਾਬ ਦੇ ਪਾਣੀਆਂ ਤੇ ਅਧਿਕਾਰ ਸਿਰਫ਼ ਤੇ ਸਿਰਫ਼ ਪੰਜਾਬ ਦਾ ਆ ਪੰਜਾਬ ਕੇ ਨੂੰ ਦੇਵੇ ਨਾ ਦੇਵੇ ਜੋ ਮਰਜ਼ੀ ਕਰੇ ਉਹ ਇਹਨਾਂ ਦਾ ਪਹਿਲੀ ਗੱਲ ਇਹ ਮੰਨਣੀ ਚਾਹੀਦੀ ਉਹਨਾਂ ਨੇ ਇਹ ਨਹੀਂ ਕਿਹਾ ਕਹਿੰਦੇ ਸਾਡੇ ਕੋਲ ਪਾਣੀ ਨਹੀਂ ਪਾਣੀ ਘਟਿਆ ਅਸੀਂ ਦੇ ਨਹੀਂ ਸਕਦੇ ਤੁਪਕਾ ਨਹੀਂ ਦੇਦੇ ਤੇ ਸਾਰੇ ਕਹਿੰਦੇ ਇਹਦੇ ਵਿੱਚ ਕੋਈ ਵੱਡੀ ਤੁਹਾਨੂੰ ਰਾਕਟ ਸਾਇੰਸ ਨਹੀਂ ਹੈ ਕਿ ਜਿਹਦੇ ਵਿੱਚ ਤੁਹਾਨੂੰ ਬਹੁਤ ਸਮਝ ਸੋਚ ਕੇ ਡੇਟੇ ਦੇਣੇ ਪੈਣਗੇ ਕੁਝ ਉਹਨਾਂ ਨੇ ਅੰਕੜੇ ਦਿੱਤੇ ਵੀ ਜਿਹੜੇ ਕਾਫੀ ਹੱਦ ਤੱਕ ਠੀਕ ਹੈ ਕਿ ਪਹਿਲਾਂ 18.65 ਤੱਕ ਐਮਐਫ 18.65 ਐਮਐਫ ਪਾਣੀ ਸਾਡੇ ਦਰਿਆਵਾਂ ਵਿੱਚ ਵਗਦਾ ਸੀ ਉਹਦੇ 'ਚ ਦਿੱਤਾ ਵੀ ਕੁਝ ਹੋਰ ਦੇਣ ਦੇ ਵਾਅਦੇ ਵੀ ਹੋਏ ਪਰ ਹੁਣ ਤੇ ਸਾਡੇ ਕੋਲ ਹੈ ਹੀ 12.36 ਸਮਥਿੰਗ 636 ਜਿੰਨਾ ਵੀ ਹੈਗਾ ਯਾਨੀ ਸਾਡੇ ਕੋਲ ਪਹਿਲਾਂ ਨਾਲੋਂ 65% 66% ਪਾਣੀ ਰਹਿ ਗਿਆ ਇਸ ਕਰਕੇ ਪਾਣੀ ਬੜਾ ਘਟਿਆ ਤੇ ਦੇਣਾ ਕੀ ਆ ਇਸ ਕਰਕੇ ਕੀ ਗੰਗੇ ਨੇ ਨਹਾਉਣਾ ਕੀ ਨਿਚੋੜਨਾ ਜਦ ਹੈ ਹੀ ਕੁਛ ਨਹੀਂ ਹੈ ਤੇ ਤੁਸੀਂ ਇਹਦੇ ਤੇ ਰੋਲਾ ਨਾ ਪਾਓ ਜੇ ਪਾਣੀ ਹੋਊਗਾ ਉਹਨਾਂ ਨੇ ਜਿਹੜੀ ਇਹ ਕਿਹਾ ਨਾ ਜਿਹੜੀ ਪੰਜਾਬ ਸੈਟਲਮੈਂਟ 19 ਨਵੰਬਰ ਜਾਂ ਦਸੰਬਰ 1985 ਚ ਹੋਈ ਉਹਨੂੰ ਪੰਜਾਬ ਸੈਟਲਮੈਂਟ ਹੀ ਕਹਿੰਦੇ ਆ ਉਹਦੇ ਵਿੱਚ ਤਾਰਾ ਕਲੋਜ਼ 9.1 9.2 ਨੰਬਰ 3 ਜਿਹਦਾ ਰੈਫਰੈਂਸ ਦਿੱਤਾ ਗਿਆ 9.1 ਆ ਕਿ ਪਾਣੀ ਜਿਹੜਾ ਜਿਸ ਤਰ੍ਹਾਂ ਜਾਂਦਾ ਉਹ ਜਾਂਦਾ ਰਹੂਗਾ 9.2 ਆ ਕਿ ਜਿਹੜਾ ਪਾਣੀ ਬਾਕੀ ਹੋਰ ਕਲੇਮ ਕੀਤੇ ਜਾ ਰਹੇ ਆ ਉਹ ਇੱਕ ਸੁਪਰੀਮ ਕੋਰਟ ਦੇ ਜੱਜ ਦਾ ਟਰਬਿਨਲ ਬਣੂਗਾ ਉਹ 6 ਮਹੀਨਿਆਂ ਚ ਆਪਣਾ ਫੈਸਲਾ ਦੇਊਗਾ ਕਿ ਕਿੰਨਾ ਪਾਣੀ ਹੈਗਾ ਕਿੰਨਾ ਪਾਣੀ ਨਹੀਂ ਤੇ ਉਹਦੇ ਮੁਤਾਬਕ ਇਹ ਪਾਣੀ ਫਿਰ ਵੰਡਿਆ ਜਾਊਗਾ ਤੇ 9.3 ਦੇ ਵਿੱਚ ਹੈ ਕਿ ਐਸਵਾਈਐਲ 6 ਮਹੀਨਿਆਂ ਦੇ ਅੰਦਰ ਜਾਂ ਹੋਰ ਸਾਲ ਦੇ ਅੰਦਰ ਅੰਦਰ 86 ਜਾਂ 86 ਤੱਕ ਸ਼ਾਇਦ ਬਣਾ ਲਈ ਜਾਊਗੀ ਉਹ ਤੇ ਬਣੀ ਨਹੀਂ ਵੈਸੇ ਤੇ 90% ਬਣ ਚੁੱਕੀ ਸੀ ਪੰਜਾਬ ਦੇ ਵਿੱਚ ਉਧਰ ਤੇ ਪੂਰੀ ਬਣੀ ਪਈ ਹਰਿਆਣੇ ਨੇ ਜਿਨ੍ਹਾਂ ਨੇ ਪਾਣੀ ਲੈਣਾ ਉਹ ਤੇ ਪੂਰਾ ਸਾਫ ਸੂਬ ਕਰਕੇ ਆਪਣੀ ਨਹਿਰ ਬੈਠੇ ਐਸਵਾਈਐਲ ਇਧਰ ਵਾਲਿਆਂ ਨੇ ਪੂਰ ਦਿੱਤੀ ਵਿੱਚੋਂ ਕੁਝ ਚੱਕ ਕੇ ਫੱਟੇ ਹੁਣ ਇਹ ਮਾਮਲਾ ਅੱਜ ਦੀ ਮੀਟਿੰਗ ਦਾ ਇਹਦੇ ਚ ਦੋ ਕਾਰਨਾ ਕਰਕੇ ਸਾਰਾ ਭਖਿਆ ਹੋਇਆ ਪਹਿਲੀ ਗੱਲ ਇਹ ਸਾਰੇ ਸਮਝ ਲਓ ਪਾਣੀ ਨਾ ਕਿਤੇ ਆਉਣਾ ਤੇ ਨਾ ਕਿਤੇ ਜਾਣਾ ਤੇ ਨਾ ਪਾਣੀ ਬਹੁਤਾ ਹੈ ਹੀ ਐ ਪਹਿਲੀ ਗੱਲ ਇਸ ਲਈ ਇਹ ਤੇ ਚਿੰਤਾ ਤੋਂ ਮੁਕਤ ਹੋ ਜੋ ਕਿ ਲੈ ਗਏ ਲੈ ਗਏ ਅੱਗੇ ਅੱਗੇ ਚਲਾ ਗਏ ਚਲਾ ਗਏ ਪਰ ਰਾਜਨੀਤਿਕ ਲੋਕ ਜਿਵੇਂ ਧਰਮ ਦੇ ਨਾਂ ਤੇ ਰੋਟੀਆਂ ਸੇਕਦੇ ਆ ਪਾਣੀ ਦਾ ਮੁੱਦਾ ਵੀ ਇੰਨਾ ਹੀ फडਕਾ ਪੜਕਾਉ ਹੈਗਾ ਪਾਣੀ ਤੋਂ ਬਿਨਾਂ ਬਾਜ਼ੀ ਦਾ ਕੋਈ ਬੰਦਾ ਸਾਤ ਬਿਨਾਂ ਬਚ ਸਕਦਾ ਬੰਦਾ ਜ਼ਮੀਨ ਤੋਂ ਬਿਨਾਂ ਪਾਣੀ ਤੁਸੀਂ ਧਰਤੀ ਤੇ ਟਿਕ ਸਕਦੇ ਆ ਅ ਜ਼ਮੀਨਾਂ ਦਾ ਮਾਮਲਾ ਹੀ ਸੀ ਤੇ ਕਿਸਾਨਾਂ ਨੇ ਇਟਨਾ ਇਟ ਖੜਕਾਤੀ ਨਾ ਦਿੱਲੀ ਦੀ ਜਾ ਕੇ ਕਿਵੇਂ ਜਾ ਕੇ ਉੱਥੇ ਕੀ ਕੁਛ ਨਹੀਂ ਹੋਇਆ ਸਵਾ ਸਾਲ ਹੁਣੇ ਪਾਣੀਆਂ ਦਾ ਮਾਮਲਾ ਵੀ ਉਸੇ ਤਰ੍ਹਾਂ ਹੀ ਸੰਵੇਦਨਸ਼ੀਲ ਆ ਬੜਾ ਪੜਕਾਉ ਤੇ ਅੱਗ ਲਾਉ ਹੈਗਾ ਯਾਨੀ ਵੈਸੇ ਤੇ ਪਾਣੀ ਅੱਗ ਬੁਝਾਉਣ ਲਈ ਵਰਤੇ ਜਾਂਦੇ ਆ ਪਰ ਜਦੋਂ ਰਾਜਨੀਤਿਕ ਲੋਕਾਂ ਦੇ ਹੱਥ ਪਾਣੀਆਂ ਦਾ ਮੁੱਦਾ ਆ ਜਾਂਦਾ ਤੇ ਉਹੀ ਪਾਣੀ ਅੱਗ ਲਾਉਣ ਵੱਲ ਚੱਲ ਪੈਂਦਾ ਰਾਜਨੀਤੇ ਕਾਕ ਲੋਕਾਂ ਦੇ ਟੈਂਪਰ ਗੁੱਸਾ ਅੱਗਾ ਜੇ ਉਹ ਕੁਝ ਵੀ ਹੋ ਸਕਦਾ ਚੰਗੀ ਗੱਲ ਇਹ ਹੈ ਕਿ ਹਰਿਆਣਾ ਵੀ ਬੜਾ ਸੋਚ ਸਮਝ ਕੇ ਬੜਿਆ ਚੰਗੇ ਢੰਗ ਨਾਲ ਕਦਮ ਬਾ ਕਦਮ ਗੱਲ ਕਰ ਰਿਹਾ ਤੇ ਸਾਡੇ ਭਰਾ ਵੀ ਬੁੱਤੀ ਕੋਈ ਗੱਲ ਪੜਕਾਉ ਨਹੀਂ ਕਰੇ ਇੰਜ ਹੀ ਚੱਲਣਾ ਚਾਹੀਦਾ ਬਹੁਤ ਵਕਤ ਬਾਅਦ ਇੱਕ ਭਰੋਸਾ ਆਪਸ ਵਿੱਚ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਬਣਿਆ ਉਹ ਇੰਜ ਹੀ ਬਣਿਆ ਰਹਿਣਾ ਚਾਹੀਦਾ ਰਾਜਨੀਤਿਕ ਪਾਰਟੀਆਂ ਇਹ ਚਾਹੁੰਦੀਆਂ ਕਿ ਉਹ ਟੁੱਟੇ ਤਾਂ ਕਿ ਲੋਕ ਉਹਨਾਂ ਦੀ ਚੁੰਗਲ 'ਚ ਫਸਣ ਜੋ ਜਿਸ ਤਰ੍ਹਾਂ ਉਹ ਲੋਕਾਂ ਨੂੰ ਨਚਾਉਣਾ ਚਾਹੁੰਦੇ ਉੰਜ ਨਚਣ ਪਰ ਨਾਲ ਹੀ ਮੇਰਾ ਖਿਆਲ ਹੈ ਕਿ ਜਿੱਥੇ ਆਪਾਂ ਇਹ ਗੱਲ ਕਹਿਨੇ ਆ ਕਿ ਸਾਡੇ ਕੋਲ ਪਾਣੀ ਤੇ ਹੈ ਨਹੀਂ ਦਈਏ ਕਿੱਥੋਂ ਇਸ ਗੱਲ ਲਈ ਹਰਿਆਣੇ ਦੀ ਜਨਤਾ ਨੂੰ ਵੀ ਪੰਜਾਬ ਦੀ ਸਰਕਾਰ ਤੇ ਪੰਜਾਬੀਆਂ ਨੂੰ ਕਨਵਿੰਸ ਕਰਨਾ ਚਾਹੀਦਾ ਪਰ ਜਿਵੇਂ ਭਗਵੰਤ ਮਾਨ ਨੇ ਵੀ ਕਿਹਾ ਕਿ ਪਾਣੀ ਤੇ ਉਹਨਾਂ ਨੂੰ ਚਾਹੀਦਾ ਉਹ ਫਿਰ ਆਪਾਂ ਪਰਾਂ ਕਿਤੇ ਉਹ ਸ਼ਾਰਦਾ ਜਾਂ ਹੋਰ ਗੰਗਾ ਜਾਂ ਜਮਨਾ ਚ ਤੇ ਪਾਣੀ ਮਿਲੀ ਰਿਹਾ ਉਹਨਾਂ ਨੂੰ तकरीबन 4.5 ਐਮਐਫ ਦੇ ਕਰੀਬ-ਕਰੀਬ ਕਾਫੀ ਜ਼ਿਆਦਾ ਪਾਣੀ ਹੁੰਦਾ ਤੇ ਉੱਥੋਂ ਹੋਰ ਪਾਣੀ ਉਹਨਾਂ ਨੂੰ ਦਵਾਤਾ ਜਾਏ ਤੇ ਸਾਡੇ ਤੇ ਆਲਰੇਡੀ ਅਸੀਂ ਤੇ ਪਾਣੀ ਦੇ ਦੁੱਖੋਂ ਸਾਡਾ ਰੇਗਿਸਤਾਨ ਜਾਨੀ ਕਹਿੰਦੇ ਉਜਾੜ ਪੈਣ ਵਾਲੀ ਆ ਪਾਣੀ ਤੇ ਧਰਤੀ ਥੱਲੇ ਦੇ ਵੀ ਮੁਕਾਤ ਆ ਉੱਪਰ ਵਾਲਾ ਤੇ ਪਾਣੀ ਅਸੀਂ ਕਿੱਥੋਂ ਦੇ ਦੇਣਾ ਤੁਹਾਨੂੰ ਸਾਡੇ ਕੋਲ ਤੇ ਬਿਲਕੁਲ ਖਾਲੀ ਗਾਗਰਾਂ ਰੋਡ ਦੀਆਂ ਰੇਡਦੀਆਂ ਫੇਰਦੀਆਂ ਖਾਲੀ ਕੁਛ ਨਹੀਂ ਬੂੰਦ ਵੀ ਨਹੀਂ ਪੀਉਣ ਜੋਗਾ ਵੀ ਪਾਣੀ ਨਹੀਂ ਬਾਕੀ ਤੇ ਨਹਿਰਾਂ ਤੇ ਕੀ ਦੇਣਾ ਇਹ ਹਾਲਤ ਬਣੀ ਲੋਕ ਪਾਣੀ ਖਰੀਦ ਕੇ ਕਈ ਪਿੰਡਾਂ ਤਨ ਪਤਾ ਪੰਜਾਬ ਦੇ ਪਿੰਡਾਂ ਚ ਪਾਣੀ ਖਰੀਦ ਕੇ 400 ਰੁਪਏ ਰੋਜ਼ ਦਾ ਇੱਕ ਪਿੰਡ ਚ ਘਰ ਖਰੀਦ ਕੇ ਪਾਣੀ ਪੀਂਣ ਜੋਗ ਪਾਣੀ ਵੀ ਥੱਲੇ ਨਹੀਂ ਰਿਹਾ ਤੇ ਸਾਡਾ ਅਸੀਂ ਕਾफी ਆਪਣੀ ਮਿਹਨਤ ਨਾਲ ਪੰਜਾਬ ਦਾ ਪੱਠਾ ਬਿਠਾਇਆ ਹੋਰ ਅਸੀਂ ਇਸ ਨੂੰ ਨਹੀਂ ਕਰ ਸਕਦੇ ਇਹ ਅੱਜ ਦੇ ਮਾਮਲੇ ਦੀ ਓਵਰਆਲ ਸਮੀਖਿਆ ਹੈਗੀ ਆ ਹੋਰ ਮੁੱਦੇ ਉਠਾਉਣੇ ਚਾਹੀਦੇ ਸੀ ਮੁੱਦੇ ਕਿਹੜੇ ਉਠਾਉਣੇ ਚਾਹੀਦੇ ਸੀ ਇਹ BBMP ਦਾ ਬਿਆਸ ਪਖੜਾ ਮੈਨੇਜਮੈਂਟ ਬੋਰਡ ਵਾਲਾ ਉਹਦੇ ਚ ਮੜਾ ਜ ਸਾਰੇ ਮੂਜਮ ਤੇ ਉਹਨਾਂ ਨੇ ਕਿਹਾ ਹੈ ਕਿ ਦੇਖੋ ਜੀ ਸਾਡਾ ਬੰਦਾ ਜਿਹੜਾ ਉੱਥੇ ਰਿਪਰੈਜ਼ੈਂਟ ਉੱਥੇ ਮੈਨੇਜਮੈਂਟ ਚ ਕੱਢਦਾ ਸੀ ਬੋਰਡ ਦੇ ਵਿੱਚ ਉਹ ਬਿਜਲੀ ਵਾਲਾ ਸੀ ਤੇ ਹਰਿਆਣੇ ਵਾਲਾ ਨਹਿਰ ਵਾਲਾ ਸੀ ਤੇ ਆਪਸ ਵਿੱਚ ਬਦਲਦੇ ਵੀ ਰਹਿੰਦੇ ਸੀ ਹਰਿਆਣੇ ਪੰਜਾਬ ਦੇ ਤੇ ਪਰ ਜਿਹੜਾ ਉੱਥੇ ਦੀ ਸਿਕਿਉਰਿਟੀ ਦਾ ਮਾਮਲੇ ਦਾ ਜਿਹੜਾ ਸੇਫਟੀ ਸੇਫਟੀ ਤੇ ਸਿਕਿਉਰਿਟੀ ਦਾ ਮਾਮਲੇ ਦਾ ਜਿਹੜਾ ਹੁਣੇ ਕਾਨੂੰਨ ਚੇਂਜ ਕੀਤਾ ਉਹਦੀ ਗੱਲ ਕਿਉਂ ਨਹੀਂ ਕੀਤੀ ਉਹ ਕਰਨੀ ਚਾਹੀਦੀ ਉਹ ਵੀ ਕਿ ਸਾਨੂੰ ਇਹ ਕੇਂਦਰ ਦੇ ਉਲਟਾ ਇੱਕ ਗੱਲ ਜਿਹੜੀ ਸ਼ੱਕ ਵਾਲੀ ਸਾਰੇ ਲੋਕਾਂ ਦੇ ਮਨ ਵਿੱਚ ਪਈ ਹੋਈ ਆ ਤੇ ਉਹ ਬੜੀ ਚਰਚਾ ਆ ਕਿ ਤੁਸੀਂ ਪ੍ਰਧਾਨ ਮੰਤਰੀ ਕੋਲੇ ਕੇਸ ਕਿਉਂ ਲਜਾਣਾ ਚਾਹੁੰਦੇ ਆ ਉਹਦੇ ਤੇ ਕਾਫੀ ਸ਼ੱਕ ਹੋ ਰਿਹਾ ਕਿ ਕੀ ਹਰਿਆਣੇ ਨੂੰ ਨਿਆਂ ਦਿਵਾਉਣ ਦੀ ਜਗ੍ਹਾ ਤੁਸੀਂ ਕੋਈ ਹੋਰ ਉੱਥੇ ਪੇਚਾ ਤੇ ਨਹੀਂ ਪਾਉਣਾ ਚਾਹੁੰਦੇ ਤਾਂ ਕਿ ਇੱਕ ਹੈਂਡਲ ਪੰਜਾਬ ਨੂੰ ਕੁੱਟਣ ਲਈ ਪ੍ਰਧਾਨ ਮੰਤਰੀ ਨੂੰ ਫਿਰ ਮਿਲ ਜੇ ਇਸ ਗੱਲ ਦੀ ਸ਼ੰਕਾ ਕਿ ਤਰ੍ਹਾਂ ਕਿਤੇ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਹੈ ਜਿਹੜੇ ਨਵੇਂ ਬੰਦੇ ਪ੍ਰਧਾਨ ਮੰਤਰੀ ਕੇਜਰੀਵਾਲ ਜੀ ਸਪਣੇ ਪ੍ਰਧਾਨ ਮੰਤਰੀ ਦੇ ਲੈ ਰਹੇ ਆ ਆਸਕਾ ਗੁਜਰਾਤ ਇਹ ਹਮਾਚਲ ਦੀਆਂ ਚੋਣਾਂ ਨੂੰ ਅੱਗੇ ਰੱਖ ਕੇ ਕਿਤੇ ਉਹਦੇ ਜਿਤਨੀ ਕੋਈ ਪੇਚ ਫਸਿਆ ਆ ਉਸ ਰਾਜਨੀਤੀ ਚਿਤਨੀ ਪੇਚ ਫਸਿਆ ਆ ਕਿ ਤੁਸੀਂ ਪ੍ਰਧਾਨ ਮੰਤਰੀ ਕੋ ਜਾਓ ਤਾਂ ਕਿ ਪ੍ਰਧਾਨ ਮੰਤਰੀ ਨੂੰ ਗੁਜਰਾਤ ਦੇ ਵਿੱਚ ਕਾਰਨਰ ਕੀਤਾ ਜਾਏ ਕਿ ਦੇਖੋ ਜੀ ਸਾਡਾ ਤੇ ਮਾਡਲ ਪੰਜਾਬ ਵਾਲਾ ਬਹੁਤ ਸੀ ਇਹ ਉਹਦੀ ਹਵਾ ਕੰਡੀ ਤਰੇ ਜਾਂਦੇ ਆ ਪਾਣੀ ਉਧਰ ਤੇ ਹੀ ਜਾਂਦੇ ਤੇ ਤੇ ਜਾਂਦੇ ਪਰ ਮੈਨੂੰ ਇਹ ਲੱਗਦਾ ਕਿ ਜੇ ਇਹੋ ਜੀ ਵੀ ਗੱਲ ਹੈ ਇਹ ਕੋਈ ਬੁਤੀ ਸਿਆਣੀ ਰਾਜਨੀਤਿਕ ਕਿਉਂ ਤੇੜੇ ਵਾਲੀ ਗੱਲ ਨਹੀਂ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅੱਜ ਹੀ ਨਹੀਂ ਗਾਂਵ ਵੀ ਧਿਆਨ ਰੱਖਣਾ ਪੈਣਾ ਹੈ ਕਿ ਪਾਣੀਆਂ ਦਾ ਮਸਲਾ ਬੇਹਦ ਸੰਜੀਦਾ ਹੋ ਜਾਂਦਾ ਜੇ ਕਿਤੇ ਨਾ ਹੋਵੇ ਕਿ ਅੱਜ ਪਿਛਲੀਆਂ ਪਾਰਟੀਆਂ ਤੇ ਸਵਾਲ ਚੁੱਕ ਦਿੰਦੇ ਨੇ ਕਿ ਕਾਂਗਰਸ ਹਾਈ ਕਮਾਂਡ ਤੋਂ ਪੁੱਛਦੀ ਆ ਤੇ ਗਾਂਧੀ ਪਰਿਵਾਰ ਤੇ ਉਂਗਲ ਉੱਠ ਜਾਂਦੀ ਆ ਇਹ ਨਾ ਹੋਵੇ ਕਿਤੇ ਕੱਲ ਨੂੰ ਕੇਜਰੀਵਾਲ ਸਾਹਿਬ ਦੇ ਚਾਰਸੇ ਦੇ ਵਿੱਚ ਆ ਕੇ ਕੋਈ ਇਹੋ ਜਿਹੀ ਗੱਲ ਕਰ ਦੇਣ ਜਿਹਦੇ ਨਾਲ ਕੱਲ ਨੂੰ ਪੰਜਾਬ ਨੂੰ ਭੁਗਤਣਾ ਪਵੇ ਕਿਉਂਕਿ ਇਲੈਕਸ਼ਨ ਤਾਂ ਲੜਨੀ ਆਉਣ ਹਰਿਆਣੇ ਦੇ ਵਿੱਚ ਆ ਕੇ ਇਹ ਉਪਚੋਣ ਉਤੋਂ ਅ ਨਾਲੋਂ ਨਾਲ ਗੱਲ ਹੁਣ ਰਾਜਸਥਾਨ ਦੀ ਪ੍ਰੋਫੈਸਰ ਰਾਜਸਥਾਨ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਚਲੋ ਇਹ ਤਾਂ ਕਹਿਤਾ ਕਿ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਸਾਡਾ ਉਹਦੇ ਲਈ ਪੈਸਾ ਕੌਣ ਕਿੱਦਾਂ ਮਤਲਬ ਕਿ ਰਾਜਸਥਾਨ ਤੋਂ ਲਿਆ ਜਾਏਗਾ ਕੌਣ ਮੰਗੇਗਾ ਪੈਸਾ ਮੁੱਖ ਮੰਤਰੀ ਸਾਹਿਬ ਜੀ ਇਸ ਗੱਲ ਨੂੰ ਉਠਾਉਣ ਅੱਗੇ ਦੂਜੀ ਗੱਲ ਇਹ ਆ ਕਿ ਇਹ ਕਹਿੰਦੇ ਨੇ ਕਿ ਅਸੀਂ ਕੇਂਦਰੀ ਜਲ ਸਰੋਤ ਮੰਤਰੀ ਨੂੰ ਮਿਲਣਾ ਹਰਿਆਣਾ ਵੀ ਕਹਿੰਦਾ ਹੈ ਕਿ ਅਸੀਂ ਹੁਣ ਗੱਲ ਜਿਹੜੀ ਹੈ ਲਿਜਾ ਕੇ ਪਾਣੀਆਂ ਦੀ ਕੇਂਦਰ ਦੇ ਅੱਗੇ ਰੱਖ ਦੇਣੀ ਹੈ ਉਦੋਂ ਬਾਅਦ ਦੇਖਦੇ ਆ ਉਹ ਕੀ ਕਰਦੇ ਨੇ ਇੱਕ ਹੋਰ ਖਬਰ ਨਾਲੋਂ ਨਾਲ ਰਾਜਸਥਾਨ ਨਹਿਰ ਦੇ ਉੱਤੇ ਕਿ ਰਾਜਸਥਾਨ ਫੀਲਡਰ ਨੂੰ ਕਹਿੰਦੇ ਪੱਕਿਆਂ ਕਰਨ ਦੇ ਖਿਲਾਫ ਜਿਹੜਾ ਇੱਕ ਮੋਰਚਾ ਲੱਗਣਾ ਹੈ ਸਰਕਾਰ ਉਹਨੂੰ ਪੱਕਿਆਂ ਕਰਨ ਦੀ ਸੋਚ ਰਹੀ ਹੈ ਆਹ ਮੈਂ ਉੱਥੇ ਅਜੀਪਾਲ ਬਰਾਡ ਉੱਥੇ ਇੰਟਰਵਿਊ ਦੇ ਰਹੀ ਸੀ ਉਹਨਾਂ ਨੂੰ ਖੜੇ ਦੇਖਿਆ ਤਖਤ ਨਾ ਲੈ ਕੇ ਹੋਰ ਵੀ ਬੈਨਰ ਲੈ ਕੇ ਖੜੇ ਸੀਗੇ ਉਹ ਪ੍ਰੋਟੈਸਟ ਇਸ ਗੱਲ ਦਾ ਕਿ ਇਹ ਉੱਥੇ ਮੁਆਵਜ਼ਾ ਤੇ ਕੀ ਲੈਣਾ ਹੈ ਰਾਇਲਟੀ ਤੇ ਕੀ ਲੈਣੀ ਉਸ ਪਾਣੀ ਦੀ ਇਹ ਨਹੀਂ ਗੱਲ ਕੀਤੀ ਤੁਸੀਂ ਦੇਖਿਆ ਪ੍ਰੈਸ ਕਾਨਫਰੰਸ 'ਚ ਨਹੀਂ ਕੀਤੀ ਅਕਾਲੀ ਦਲ ਠੋਕੇ ਕਰੂਗਾ ਹੋਰ ਕਰਦੇ ਆ ਕਿਸਾਨ ਵੀਰ ਕਰਦੇ ਆ ਰਾਜੇਵਾਲ ਕਰਦਾ ਹੋਰ ਜਿੰਨੀਆਂ ਕਿਸਾਨ ਯੂਨੀਅਨਾਂ ਇਸ ਗੱਲ ਦੀ ਗੱਲ ਕਰਦੀਆਂ ਕਿ ਸਾਡਾ ਪਾਣੀ ਸਾਡਾ ਹੱਕ ਉੱਥੇ ਪਾਣੀ ਕਿਉਂ ਦਿੱਤਾ ਜਾ ਰਿਹਾ ਇਹ ਨਹੀਂ ਕਰਨਗੇ ਕਿਉਂਕਿ ਉੱਥੋਂ ਵੀ ਵੋਟਾਂ ਲੈਣੀਆਂ ਪ੍ਰਧਾਨ ਮੰਤਰੀ ਲਈ ਉਹ ਗੱਲ ਕੀਤੀ ਨਹੀਂ ਉਲਟਾ ਕੋਈ ਟੈਂਡਰ ਫਲੋਟ ਕਰਤੇ ਆ ਕਿ ਅਸੀਂ ਉੱਥੇ ਉਹਨਾਂ ਨੂੰ ਪਾਣੀ ਰਾਹ ਦੇ ਵਿੱਚ ਨਾ ਕਿਤੇ ਪੰਜਾਬ ਦੇ ਵਿੱਚ ਜੀਰ ਜਾਏ ਚੰਗੀ ਤਰੀਕੇ ਨਾਲ ਉਹ ਨਹਿਰ ਨੂੰ ਪੀਟਾ ਉਟਾ ਲਾ ਕੇ ਪੱਕੀਆਂ ਕਰਕੇ ਸੀਮੈਂਟ ਲਾ ਕੇ ਐਨ ਤੁਮ ਕਾ ਤੁਮ ਕਾ ਰਾਜਸਥਾਨ ਚ ਪਹੁੰਚਾਉਣਾ ਇਹ ਟੈਂਡਰ ਕੱਢਤਾ ਆਮ ਆਦਮੀ ਪਾਰਟੀ ਨੇ ਉਹਦੇ ਵਿਰੁੱਧ ਔਰ ਫਰੋਜਪੁਰ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਸੀਗਾ ਕਿ ਜਿਹੜੀ ਖਾਸ ਕਰਕੇ ਉਧਰ ਨੂੰ ਜਾਂਦੀ ਹੈ ਸਿੱਧੀ ਨਹਿਰ ਇਧਰ ਨੂੰ ਨਹੀਂ ਆਉਂਦੀ ਹੈ ਜਿਹੜੀ ਫਤੇਗੜ ਸਾਹਿਬ ਵਾਲਤੀ ਆਉਂਦੀ ਹੈ ਉਸ ਪਾਸੇ ਦੀ ਕਿ ਉਸ ਨੂੰ ਤੁਸੀਂ ਕੋਈ ਇਹੋ ਜਿਹੇ ਇਟਾ ਉਟਾ ਲਾਉਣ ਦੀ ਲੋੜ ਨਹੀਂ ਉਹ ਪਾਣੀ ਜਿਹੜਾ ਜੇ ਤੁਸੀਂ ਪੱਕੀ ਕਰਤੀ ਨਹਿਰ ਤੇ ਪੰਜਾਬ ਚ ਪਹਿਲੇ ਥੱਲੇ ਵਾਲਾ ਪਾਣੀ ਨੂੰ ਰੀਚਾਰਜ ਨਹੀਂ ਹੋ ਰਿਹਾ ਤੇ ਜਿਹੜਾ ਉਹ ਪਾਣੀ ਜੀਰਦਾ ਆ ਪੰਜਾਬ ਦੇ ਥੱਲੇ ਉਸ ਦਾ ਉਹ ਜ਼ਰੂਰੀ ਹੈਗਾ ਇੱਕ ਤੇ ਉਹ ਬੰਦ ਕੀਤਾ ਜਾਏ ਪਰ ਜਿਹੜੀ ਸਰਹੰਦ ਵਾਲੀ ਨਹਿਰ ਹੈਗੀ ਉਸ ਨੂੰ ਉਹ ਉਹਨਾਂ ਦਾ ਇਹ ਕਹਿਣਾ ਸੀ ਵੀ ਜੇ ਜੇ ਡੈਰ ਦੇ ਟੁੱਟਣ ਦਾ ਖਤਰਾ ਤੇ ਕੰਧਾਂ ਤੋਂ ਕਰ ਲੋ ਪਰ ਤੁਸੀਂ ਥੱਲੇ ਜਿਹੜਾ ਬਾਟਮ ਆ ਉਹ ਇੱਥੇ ਵੀ ਨਹੀਂ ਕਰਨਾ ਚਾਹੀਦਾ ਥੱਲੇ ਜਿਹੜਾ ਬੈੱਡ ਹੈਗਾ ਉਹਦੇ ਤੇ ਕਿਉਂਕਿ ਉਹਦੇ ਤੇ ਪਾਣੀ ਧਰਤੀ ਦੇ ਥੱਲੇ ਜਾਂਦਾ ਤੇ ਜਿੱਥੇ ਜਿੱਥੇ ਦੀ ਨਹਿਰ ਲੰਘਦੀ ਆ ਕੁਛ ਨਾ ਕੁਛ ਪਾਣੀ ਥੱਲੇ ਧਰਤੀ 'ਚ ਜਾ ਕੇ ਸਾਡੀ ਧਰਤੀ ਦਾ ਪਾਣੀ ਜਿਹੜਾ ਅਸੀਂ ਬਾਹਰ ਟਿਊਬਲਾਂ ਨਾਲ ਖਿੱਚ ਰਹੇ ਹਾਂ ਉਹ ਠੀਕ ਠਾਕ ਦੁਬਾਰਾ ਰੀਚਾਰਜ ਹੋ ਜਾਂਦਾ ਇਹ ਉਹਨਾਂ ਨੇ ਗੱਲਾਂ ਠੀਕ ਕਹੀਆਂ ਮੈਂ ਨਾਲੇ ਇੱਥੇ ਗੱਲ ਕਹਿ ਦੇ ਆ ਕਿ ਰਾਜਨੀਤੀ ਇੰਨੀ ਪਖੀ ਹੋਈ ਆ ਇਸ ਮਾਮਲੇ ਤੇ ਕਿ ਭਗਵੰਤ ਮਾਨ ਉਹਨਾਂ ਨੇ ਅੱਜ ਉਹਦੇ ਤੇ ਵੀ ਕਿਹਾ ਕਿ ਇਹਨਾਂ ਦੇ ਕੰਡੇ ਵੀ ਜੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਸਾਰੇ ਦਾ ਸਾਰਾ ਕ੍ਰੈਡਿਟ ਮੈਂ ਲਵਾਂ ਉਹ ਤੇ ਆਲਰੇਡੀ ਡਿਸਕ੍ਰੈਡਿਟਿਡ ਹੈ ਗਿਆ ਉਹਨਾਂ ਦੇ ਯਾਨੀ ਉਹਨਾਂ ਨੂੰ ਤੇ ਮੈਂ ਭੰਡਣਾ ਤੁਸੀਂ ਕਹਿੰਦੇ ਉਹਨੂੰ ਨਾਲ ਲੈ ਲਓ ਪਰ ਇਹਨਾਂ ਨੂੰ ਹੀ ਸਮਝ ਪੈ ਨਹੀਂ ਪੈ ਰਹੀ ਕਿ ਇਹ ਮਾਮਲਾ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬੀਆਂ ਦਾ ਮਾਮਲਾ ਹੈ ਇਹ ਕੱਲੀ ਆਮ ਆਦਮੀ ਪਾਰਟੀ ਜਾਂ ਅੱਜ ਵਾਲੀ ਸਰਕਾਰ ਦਾ ਨਹੀਂ ਹੈ ਪ੍ਰਾਣੀਆਂ ਸਰਕਾਰਾਂ ਇਹਦੇ ਵਿੱਚ ਇੰਟੀਮੀਟਲੀ ਜੁੜੀਆਂ ਆਈਆਂ ਇਸੇ ਕਰਕੇ ਸਾਰੇ SLA ਭਗਮੰਤਮਾਨ ਦੀ ਪਾਰਟੀ ਨੂੰ ਤੇ ਸਰਕਾਰ ਨੂੰ ਇਹੀ ਦਿੰਦੇ ਆ ਕਿ ਇਹਨੂੰ ਸਮੁੱਚੇ ਪੰਜਾਬ ਦਾ ਮਾਮਲੇ ਦੇ ਤੌਰ ਤੇ ਪੇਸ਼ ਕੀਤਾ ਜਾਏ ਇਹਨੂੰ ਇਹ ਲੱਗਦਾ ਕਿ ਜੇ ਮੈਂ ਉਹਨਾਂ ਦੀ رائے ਵੀ ਨਾਲ ਵਿੱਚ ਰੱਖਤੀ ਤੇ ਫਿਰ ਕਿਤੇ ਨਾ ਕਿਤੇ ਕ੍ਰੈਡਿਟ ਦਾ ਮਾਮਲਾ ਉਹਨਾਂ ਨੂੰ ਵੀ ਜਾਊਗਾ ਕਿ ਦੇਖੋ ਜੀ ਉਹਨਾਂ ਵੀ ਸਲਾਹ ਦਿੱਤੀ ਇਹ ਬੜੀ ਬਚਗਾਨੀ ਕਿ ਪਤਾ ਨਹੀਂ ਕਿਸ ਨੇ ਬਹੁਤ ਕੋਈ ਸਿਆਣੀ ਮੱਤ ਭਗਵੰਤ ਮਾਨ ਨੂੰ ਨਹੀਂ ਦਿੱਤੀ ਦੇਖੋ ਇਹੋ ਜੇ ਮਾਮਲੇ 'ਚ ਜਿਹੜੇ ਇੰਨੇ ਸੰਵੇਦਨਸ਼ੀਲ ਮਾਮਲੇ ਆ ਉਹ ਸਾਂਝ ਪਿਆਲੀ 'ਚ ਹੀ ਤੁਹਾਨੂੰ ਫਾਇਦਾ ਜੇ ਇਕੱਲੇ ਲਓਗੇ ਤੇ ਜਦੋਂ ਟੰਬੇ ਪੈਣ ਲੱਗੇ ਲੱਪਣਾ ਨਹੀਂ ਹੈ ਤੁਸੀਂ ਅਗਲਿਆਂ ਨੇ ਤੁਹਾਨੂੰ ਉਹਨਾਂ ਇਹਨਾਂ ਨੇ ਉਹਨਾਂ ਨੂੰ ਟੰਬੇ ਫੜਾਉਣੇ ਆ ਜਿਨ੍ਹਾਂ ਨੂੰ ਤੁਸੀਂ ਬਾਹਰ ਰੱਖਿਆ ਤੇ ਮਾਰਨ ਵਾਲਿਆਂ ਨੇ ਮਾਰਨੇ ਆ ਤੇ ਤੁਸੀਂ ਵਾਣੋ ਵਾਣੀ ਹੋਣਾ ਇਹ ਕੰਮ ਨਹੀਂ ਕਰੀਦਾ ਹੈ ਸਿਆਣਪ ਨਾਲ ਤੁਸੀਂ ਪੋਲਿਟਿਕਸ ਚਲਾਓ ਉਹਨਾਂ ਨੂੰ ਲੂਪ ਚ ਰੱਖੋ ਉਹਦੇ ਆਪ ਹੀ ਬਾਹਰ ਰਹਿਣਾ ਚਾਹੁੰਦੇ ਆ ਉਹ ਥੋੜੀ ਤੁਹਾਨੂੰ ਕਹਿੰਦੀ ਹੈ ਕਿ ਸਾ ਕਿਤੇ ਇੱਕ ਟਵੀਟ ਕੀਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਰੈਫਰੈਂਸ ਦਿੱਤਾ ਜਾ ਰਿਹਾ ਸੀ ਕਿ ਪਹਿਲਾਂ ਤੇ ਜੀ ਸੋਨੇ ਦੀ ਚਾਂਦੀ ਦੀ ਉਹ ਕਈ ਫੜਾਉਂਦੇ ਸੀਗੇ ਹੁਣ ਉਹ ਕਹਿੰਦੇ ਆ ਕਿ ਮੇਰੀ ਸਲਾਹ ਲੈ ਲਿਓ ਅਸੀਂ ਇਹਨਾਂ ਦੀ ਕੀ ਸਲਾਹ ਲੈਣੀ ਪਰ ਤੁਸੀਂ ਉਹਦੀ ਦੂਜੀ ਸਾਈਡ ਵੀ ਤੇ ਦੇਖੋ ਨਾ ਉਹੋ ਹੀ ਕੈਪਟਨ ਅਮਰਿੰਦਰ ਸਿੰਘ ਜਿਹਨੇ 2 4 4 ਦੇ ਵਿੱਚ ਉਹ ਆਪਣੀਆਂ ਹੀ ਪੁਰਾਣੀਆਂ ਗੱਲਾਂ ਨੂੰ ਉਲਟਾਇਆ ਵੀ ਆਪਣੀ ਪਾਰਟੀ ਦੀਆਂ ਗੱਲਾਂ ਨੂੰ ਉਲਟਾਇਆ ਉਹਨਾਂ ਨੇ ਕੋਈ ਉਸ ਕਿਸਮ ਦਾ ਤੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਇਸ ਨੂੰ ਰਾਜਨੀਤਿਕ ਮੁੱਦਾ ਨਾ ਕੱਲਾ ਬਣਾਈਏ ਕਿ ਜੋ ਰਾਜਨੀਤਿਕ ਲਾਹਾ ਲੈਣ ਦਾ ਮੁੱਦਾ ਰਾਜਨੀਤਿਕ ਤੇ ਹੈ ਹੀ ਪਰ ਰਾਜਨੀਤਿਕ ਲਾਹਾ ਲੈਣ ਦੀ ਜਗ੍ਹਾ ਪੰਜਾਬ ਦੇ ਹੱਕ ਵਿੱਚ ਅਸੀਂ ਆਪਣੀ ਸ਼ਕਤੀ ਪ੍ਰਦਰਸ਼ਨ ਕਿਵੇਂ ਕਰ ਸਕਦੇ ਹਾਂ ਤੇ ਕੇਂਦਰ ਨੂੰ ਕਿਵੇਂ ਦੱਸ ਸਕਦੇ ਸਾਡਾ ਹਰਿਆਣੇ ਨਾਲ ਵੀ ਕੋਈ ਵੈਰ ਨਹੀਂ ਉਹਨਾਂ ਨੂੰ ਵੀ ਦੇਣ ਕੇਂਦਰ ਜੋ ਵੀ ਜਿਸ ਤਰ੍ਹਾਂ ਵੀ ਕਰਨਾ ਹੋ ਦੇਣ ਸਾਡੀ ਗੱਲ ਬੜੀ ਸਾਫ਼ ਹੈ ਵੀ ਸਾਡੇ ਕੋਲ ਪੈਸਾ ਸਾਡੇ ਕੋਲ ਪਾਣੀ ਤੇ ਪੀਣ ਜੋਗਾ ਨਹੀਂ ਫਸਲਾਂ ਨੂੰ ਅਸੀਂ ਕਿੱਥੋਂ ਖੇਤੀ ਲਈ ਪਾਣੀ ਅਸੀਂ ਕਿੱਥੋਂ ਦੇਣਾ ਹਾਂ ਮੁੱਖ ਮੰਤਰੀ ਸਾਹਿਬ ਵੀ ਇਹੀ ਗੱਲ ਕਹਿੰਦੇ ਨੇ ਕਿ ਨਾ ਤੇ ਧਰਤੀ ਦੇ ਹੇਠਾਂ ਪਾਣੀ ਹੈ ਨਾ ਧਰਤੀ ਦੇ ਉੱਤੇ ਪਾਣੀ ਹੈ ਪੰਜਾਬ ਜਿਹੜਾ ਆ ਉਹ ਸਿਰਫ ਕੈਨ ਨੂੰ ਪੰਜਾਬ ਰਹਿ ਜਾਣਾ ਜੀ ਹਾਲਾਤ ਰਹੇ ਉਮੀਦ ਕਰਦੇ ਆ ਕਿ ਗਾਹ ਕੋਈ ਇਹੋ ਜਿਹੇ ਫੈਸਲੇ ਹੋਣਗੇ ਜਿਦੇ ਵਿੱਚ ਕਿਸਾਨਾਂ ਨੂੰ ਵੀ ਹਿੱਸੇਦਾਰ ਬਣਾਇਆ ਜਾਊਗਾ ਕਿ ਆਪਾਂ ਕਿੱਦਾਂ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਭਾਵੇਂ ਉਹ ਡਾਈਵਰਸਟੀਫਿਕੇਸ਼ਨ ਦੀ ਗੱਲ ਕਰਦੇ ਨੇ ਜਾਂ ਹੋਰ ਬਹੁਤ ਇਹੋ ਜਿਹੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਜੇ ਕਿਤੇ ਸੂਝਵਾਨਾਂ ਦੇ ਨਾਲ ਬਹਿ ਕੇ ਸਰਕਾਰ ਅੱਗੇ ਕੰਮ ਕਰੇ ਨਹੀਂ ਤਾਂ ਇਹ ਨਾ ਹੋਵੇ ਕਿ ਪੁਰਾਣਿਆਂ ਦੀ ਗੱਲ ਕਰਦੇ ਨੇ ਤੇ ਕੱਲ ਨੂੰ ਇਹਨਾਂ ਨੇ ਪੁਰਾਣੇ ਹੋ ਜਾਣਾ ਤੇ ਫਿਰ ਗੱਲ ਉੱਥੇ ਦੀ ਉੱਥੇ ਪਹੁੰਚ ਜਾਣੀ ਹੈ ਮੈਂ ਪ੍ਰੋਫੈਸਰ ਮਥਵਾਲ ਲਗਦਾ ਕਿ ਮੋਰਚਾ ਜਿਹੜਾ ਆ ਇੱਕ ਤਾਂ ਲੱਗਿਆ ਸੀ ਪਾਣੀਆਂ ਦੇ ਮਸਲੇ ਤੇ ਉਹ ਤਾਂ ਸਰਕਾਰ ਨੇ ਆਪਣਾ ਬਚਪਚਾ ਕਰ ਲਿਆ ਹੁਣ ਆ ਗਿਆ ਬੇਦਬੀ ਇਨਸਾਫ ਮੋਰਚਾ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਜੀਹੋਂ ਦੀ ਉੱਤੇ ਸਪੀਚ ਦਿੱਤੀ ਹੈ ਉਹ ਕਹਿੰਦੇ ਕਾਫੀ ਐਡਾ ਕਹਿਣੋ ਕਿ ਮੁੱਖ ਮੰਤਰੀ ਸਾਹਿਬ ਨੇ ਉਧਰ ਮੋਰਚਾ ਸੰਭਾਲਿਆ ਤੇ ਇਧਰ ਵੀ ਸਪੀਕਰ ਕਹਿੰਦੇ ਸਰਕਾਰ ਤੋਂ ਉੱਪਰ ਹੁੰਦਾ ਇਸ ਲਈ ਸਪੀਕਰ ਸਾਹਿਬ ਨੇ ਬੜੀ ਸਹੀ ਢੰਗ ਦੇ ਨਾਲ ਦਲੀਲ ਰੱਖੀ ਕਿ ਅਸੀਂ ਡੇਢ ਕਮੀਨਾ ਲੈਨੇ ਆ ਚੇਤਾਵਨੀਆਂ ਵੀ ਦੇ ਦਿੱਤੀਆਂ ਤੁਸੀਂ ਸੁਣਿਆ ਹੋਣਾ ਅਮਰਤਪਾਲ ਨੇ ਡੇਢ ਮਹੀਨੇ ਬਾਅਦ ਪੰਥ ਖਾਲਸੇ ਦੀ ਸਰਕਾਰ ਹੋਏਗੀ ਫਿਰ ਅਸੀਂ ਦੱਸਾਂਗੇ ਕਿ ਕਿੱਦਾਂ ਚੱਲਣਾ ਜਿਹੜੇ ਉੱਥੇ ਮੋਰਚਾ ਲਾ ਰਹੇ ਨੇ ਸੁਖਰਾਜ ਸਿੰਘ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਦਿੱਤਾ ਤੁਹਾਨੂੰ ਡੇਢ ਮਹੀਨਾ ਇੱਕ ਹੋਰ ਖਾਸ ਗੱਲ ਮੈਂ ਇਹਦੇ ਵਿੱਚ ਜੋੜਾਂ ਜੇ ਪ੍ਰੋਫੈਸਰ ਤੁਹਾਡੇ ਧਿਆਨ ਚ ਲਿਆਉਣਾ ਕਿ ਸੁਖਰਾਜ ਸਿੰਘ ਜ਼ਿਕਰ ਕਰ ਰਹੇ ਸੀ ਕਿ ਧਾਰਾ 295 ਜਦੋਂ ਕੋਈ ਬੇਅਦਬੀ ਕਰਦਾ ਉਹਦੇ ਉੱਤੇ ਲੱਗ ਜਾਂਦੀ ਹੈ ਧਾਰਮਿਕ ਭਾਵਨਾਵਾਂ ਨੂੰ ਝੁੜਕਾਉਣ ਦੀ ਕਹਿੰਦੇ ਕੁਝ ਕਚੇਰਬਾਜ਼ ਜ਼ਮਾਨਤ ਹੋ ਜਾਂਦੀ ਹੈ ਸਰਕਾਰ ਇਹਨੂੰ ਕਹਿੰਦੇ ਆਪਣਾ ਜਾ ਕੇ ਕੋਈ ਨਵਾਂ ਕਾਨੂੰਨ ਬਣਾਏ ਇਹਦੇ ਵਿੱਚ ਕੋਈ ਸੌਦਾ ਕਰੇ ਤਾਂ ਕਿ ਜਿਹੜੇ ਬੇਅਦਬੀ ਵਾਲੇ ਨੇ ਉਹਨਾਂ ਦੇ ਉੱਤੇ ਸਿਕੰਜਾ ਮੁਕੰਮਲ ਤੌਰ ਤੇ ਕੱਸਿਆ ਜਾਵੇ ਬਿਰਸਾ ਸਿੰਘ ਬਲਟੋਆ ਇਹ ਜ਼ਿਕਰ ਕਰ ਰਹੇ ਸੀ ਕਿ ਅਸੀਂ 2016 ਦੇ ਵਿੱਚ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਉਦੋਂ ਕਹਿੰਦੇ ਅਸੀਂ ਇਹਨਾਂ ਮਸਲਿਆਂ ਦੇ ਵਿੱਚ ਜਿਹੜੇ ਧਾਰਮਿਕ ਭਾਵਨਾਵਾਂ ਵਾਲੇ ਬੇਅਦਬੀ ਵਾਲੇ ਮਸਲੇ ਨੇ ਇਹਦੇ ਵਿੱਚ ਅਸੀਂ ਕਹਿੰਦੇ ਇੱਕ ਜਿਹੜਾ ਮਤਾ ਕਹਿੰਦੇ ਲਿਆਂਦਾ ਸੀਗਾ ਕਿ ਇੱਕ ਕਾਨੂੰਨ ਬਣਾਇਆ ਚਾਹੀਦਾ ਕਿ ਜੀ ਇਹਦੇ ਉੱਤੇ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਉਹ ਕਹਿੰਦੇ ਇਹਨਾਂ ਨੇ ਪੱਖ ਨਹੀਂ ਰੱਖਿਆ ਕਾਂਗਰਸ ਨੇ ਤੇ ਉਹ ਕੇਂਦਰ ਸਰਕਾਰ ਨੇ ਵਾਪਸ ਮੋੜਤਾ ਤੇ ਉਹ ਨਹੀਂ ਬਣਿਆ ਸਿਕੰਦਰ ਮੈਂ ਥੋੜਾ ਜਿਹਾ ਨਾ ਅਲੱਗ ਢੰਗ ਨਾਲ ਵੀ ਸੋਚਦਾ ਧਰਮ ਸਭ ਨੂੰ ਪਿਆਰਾ ਸਾਨੂੰ ਵੀ ਪਿਆਰਾ ਤੁਹਾਨੂੰ ਵੀ ਪਿਆਰਾ ਇੱਕ ਆਸਥਾ ਆ ਤੇ ਵੱਡੇ ਤੋਂ ਵੱਡੇ ਉਹ ਦੇਸ਼ ਵੀ ਜਿੱਥੇ ਉਹ ਸਮਝਦੇ ਸੀ ਕਿ ਅਸੀਂ ਸਾਇੰਸ ਲਿਆਵਾਂਗੇ ਸ਼ਹਿਰ ਲਿਆਵਾਂਗੇ ਤੇ ਧਰਮ ਦੀ ਜਿਹੜਾ ਪ੍ਰਭਾਵ ਘਟ ਜਾਊਗਾ ਉਹ ਨਹੀਂ ਘਟਕਾ ਜਿੱਥੇ ਇੱਕ ਤਰਕਸ਼ੀਲਤਾ ਤੇ ਇਹ ਚੀਜ ਉਭਦੀ ਹੈ ਉਹਦੇ ਨਾਲ ਨਾਲ ਹੀ ਕਾਉਂਟਰ ਬੈਲੈਂਸ ਕਰਨ ਲਈ ਆਸਥਾ ਵੀ ਇੱਕ ਹੈਗੀ ਹੈ ਇਹ ਦੋ ਪੱਲੜੇ ਆ ਇੱਕੋ ਹੀ ਤਰਾਜੂ ਦੇ ਫਰ ਨਾਲ ਹੀ ਨਾਲ ਸਾਡੇ ਜਿੰਨੇ ਲੋਕ ਲੋਕਾਂ ਦੀ ਭਾਵਨਾਵਾਂ ਅਹਤ ਧਰਮ ਦੇ ਨਾਂ ਤੇ ਹੁੰਦੀਆਂ ਤੇ ਧਰਮ ਦੇ ਮੁੱਦੇ ਦੇ ਉੱਤੇ ਜਿੰਨੇ ਅਸੀਂ ਇਕੱਠ ਕਰਦੇ ਆ ਜਿੰਨੇ ਦਮ ਗਜੇ ਮਾਰਦੇ ਆ ਜਿੰਨਾ ਅਸੀਂ ਬੜੀ ਬੜੀ ਬਿਆਨਬਾਜ਼ੀ ਕਰਦੇ ਆ ਜਿੰਨੀ ਅਸੀਂ ਇਸ ਮੁੱਦੇ ਤੇ ਰਾਜਨੀਤੀ ਕਰਦੇ ਆ ਔਰ ਜਿਸ ਕਿਸਮ ਨਾਲ ਸੇਰ ਵੱਡਣ ਤੇ ਵਧਾਉਣ ਤੇ ਸ਼ਹੀਦੀਆਂ ਪਾਉਣ ਦੀ ਗੱਲ ਕਰਦੇ ਆ ਇੰਜ ਲੱਗਦਾ ਕਿ ਧਰਮ ਇੱਕ ਬਹੁਤ ਛੋਟਾ ਜਿਹਾ ਬੱਚਾ ਆ ਕਿ ਜੇ ਉਸ ਨੂੰ ਸਾਰਿਆਂ ਨੇ ਸ਼ਹੀਦੀਆਂ ਪਾ ਕੇ ਉਹਦੀ ਪ੍ਰੋਟੈਕਸ਼ਨ ਨਾ ਕੀਤੀ ਹੋ ਤਾਂ ਖਤਮ ਹੋ ਜਾਊਗਾ ਇਸ ਲਈ ਉਸ ਨੂੰ ਸਾਡੇ ਸਾਰਿਆਂ ਦੇ ਖੂਨ ਪਸੀਨਾ ਜ਼ਿੰਦਗੀ ਜਾਨ ਤਨ ਮਨ ਤਨ ਸਭ ਨੂੰ ਕੁਰਬਾਨ ਕਰ ਲਈ ਮદાન ਚ ਉੱਤਰ ਆਉਣਾ ਚਾਹੀਦਾ ਧਰਮ ਨੂੰ ਖਤਰਾ ਇਹ ਕਰਦੇ ਕਰਦੇ ਅਕਾਲੀਆਂ ਨੇ ਕਾਫੀ ਪੋਲਿਟਿਕਸ ਕੀਤੀ ਤੇ ਨਿਕਲਿਆ ਵਿੱਚੋਂ ਕੀ ਅੱਜ ਵੀ ਜਿੰਨੇ ਆਪਾਂ ਤਤਪਰਤਾ ਤੇ ਮੀਡੀਆ ਵਿੱਚ ਵੀ ਟਾਈਮ ਇਨ੍ਹਾਂ ਗੱਲਾਂ ਨੂੰ ਦਿੰਦੇ ਆ ਕੀ ਅਸੀਂ ਸੋਚਦੇ ਆ ਕਿ ਧਰਮ ਦੇ ਉੱਤੇ ਵਾਕਿਆ ਲੋਕਾਂ ਦੀਆਂ ਵੀ ਮੁਸੀਬਤਾਂ ਇਹੋਈ ਆ ਜੇ ਧਰਮ ਠੀਕ ਠਾਕ ਹੋ ਗਿਆ ਤੇ ਸਭ ਖੁਸ਼ਹਾਲੀ ਹੋ ਜੂਗੀ ਧਰਮ ਠੀਕ ਠਾਕ ਰਹੇ ਸੇਫ ਰਹੇ ਪ੍ਰਫੁੱਲਤ ਰਹੇ ਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜੂਗਾ ਧਰਮ ਠੀਕ ਠਾਕ ਰਹੇ ਤੋ ਲੋਕਾਂ ਦੀ ਸਿਹਤ ਤੇ ਸਿੱਖਿਆ ਦੇ ਮਾਮਲੇ ਵੀ ਹੱਲ ਹੋ ਜਾਣਗੇ ਧਰਮ ਠੀਕ ਠਾਕ ਰਹੇ ਤੇ ਬਾਹਰ ਬੱਚੇ ਦੇਸ਼ ਨੂੰ ਛੱਡ ਕੇ ਨਹੀਂ ਜਾਣਗੇ ਜਾਂ ਸਾਡਾ ਪਾਣੀ ਸਾਫ਼ ਸੁਥਰਾ ਹੋ ਜਾਊਗਾ ਪ੍ਰਦੂਸ਼ਣ ਖਤਮ ਹੋ ਜਾਊਗਾ ਪਰਾਲੀ ਕਿਸਾਨ ਜਿਹੜੇ ਆ ਖੂਕਣੋਂ ਹਟ ਜਾਣਗੇ ਜਾਂ ਕਿਸਾਨਾਂ ਦਾ ਕਰਜ਼ਾ ਖਤਮ ਹੋ ਜਾਊ ਮੈਂ ਇਹ ਕਹਿਣਾ ਕਿ ਸਾਨੂੰ ਅਸੀਂ ਇਨ੍ਹਾਂ ਗੱਲਾਂ ਤੇ ਜਿੱਥੇ ਅਸਲ 'ਚ ਧਰਮ ਦਾ ਮਾਨੇ ਕਿ ਮਾਨਵਤਾ ਨੂੰ ਬਚਾਉਂ ਸੰਸਾਰਿਕ ਰਿਸ਼ਤਿਆਂ ਨੂੰ ਬਚਾਉਣਾ ਸ਼ਾਂਤੀ ਨੂੰ ਬਚਾਉਣਾ ਆਪਸੀ ਭਰੋਸਾ ਸਹਿਚਾਰਤਾ ਨੂੰ ਬਚਾਉਣਾ ਆਪਸੀ ਇੱਕ ਦੂਜੇ ਨਾਲ ਨੇਕ ਤੇ ਵਿਸ਼ਵਾਸ ਨੂੰ ਬਚਾਉਣਾ ਇਹ ਧਰਮ ਦਾ ਮਤਲਬ ਹੈਗਾ ਔਰ ਉਹ ਸਨੇਹਾ ਤੇ ਅਸੀਂ ਜਿੰਦੇ ਨਹੀਂ ਅਸੀਂ ਤੇ ਉਲਟਾ ਕਹਿੰਨੇ ਵੀ ਲੀਕ ਖਿੱਚ ਦਾਂਗੇ 1.5 ਮਹੀਨੇ ਤੇ ਬਾਅਦ ਫਿਰ ਦੇਖਾਂਗੇ ਕੀ ਹੁੰਦਾ ਕੋਈ ਸ਼ਾਂਤੀ ਦੀ ਲੋੜ ਨਹੀਂ ਸਾਨੂੰ ਸ਼ਾਂਤੀ ਨਾ ਕਹੋ ਸ਼ਾਂਤੀ ਜਿਨ੍ਹਾਂ ਨੂੰ ਕਰਨੀ ਚਾਹੀਦੀ ਸੀ ਅਸੀਂ ਸ਼ਾਂਤੀ ਵਾਲੇ ਨਹੀਂ ਸਾਨੂੰ ਕਹਿੰਦੇ ਆ ਕਿ ਤੁਹਾਡੇ ਤੇ ਚਪੇੜ ਵੱਜਦੀ ਹੈ ਤੇ ਦੂਜੇ ਮੂੰਹ ਤੇ ਆ ਫੇਰ ਉਥੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕਿਸਮ ਦੇ ਬਿਆਨ ਹੈਗੇ ਆ ਸਭ ਕਿਸਮ ਦੀ ਸਾਡੀ ਧਾਰਮਿਕ ਜਿਹੜੀ ਧਾਰਮਿਕ ਪੋਥੇ ਪੋਥੀਆਂ ਹੈਗੀਆਂ ਉਹਨਾਂ 'ਚ ਹਰ ਕਿਸਮ ਦੇ ਤੁਹਾਨੂੰ ਨੰਦ ਲਾਲ ਜੀ ਦਾ ਵੀ ਬਿਆਨ ਮਿਲ ਜੂਗਾ ਜਾਂ ਉਹਨਾਂ ਦੀ ਬਾਣੀ ਮਿਲ ਜੂਗੀ ਤੇ ਪਰ ਤੁਹਾਨੂੰ ਬਾਬੇ ਫਰੀਦ ਦੀ ਵੀ ਮਿਲ ਜੂਗੀ ਉਦੇ ਵਿੱਚ ਬਹੁਤ ਸਾਰੇ ਅਸਰ ਗੁਰੂ ਨਾਨਕ ਦੇਵ ਜੀ ਦੇ ਵੀ ਇਹੋ ਜਿਹੇ ਹੋਣਗੇ ਜਿੱਥੇ ਔਰ ਬਹੁਤ ਸਾਰੇ ਕਬੀਰ ਤੇ ਬੁੱਧ ਦੇ ਅਸਰ ਵੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ ਆ ਹੁਣ ਇਹਨੂੰ ਤੁਸੀਂ ਆਨੰਦ ਲਾਲ ਜੀ ਨੂੰ ਕੋਟ ਕਰਕੇ ਕਿਹਾ ਜਾਂਦਾ ਕਿ ਖਿੱਚ ਦਿਓ ਤਲਵਾਰ ਜੇ ਤੁਹਾਨੂੰ ਇੰਜ ਹੁੰਦਾ ਪਰ ਦੂਜੇ ਪਾਸੇ ਆ ਫਰੀ ਜੀ ਕੀ ਕਹਿੰਦੇ ਆ ਜੋ ਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਕੋਮ ਆਪ ਨੜੇ ਕਰ ਜਾਏ ਕੇ ਪੈਰ ਤਿਨਾਂ ਦੇ ਚੋਂ ਕਿ ਇਹਦਾ ਮਤਲਬ ਕੀ ਹੈ ਕਿ ਤੁਸੀਂ ਕੁੱਟ ਮਾਰ ਕੇ ਕਿਸੇ ਨੂੰ ਡਰਾ ਦੇ ਸਕਦੇ ਆ ਬਦਲ ਨਹੀਂ ਸਕਦੇ ਜੇ ਬਦਲਣਾ ਤੇ ਉਹਦੀ ਆਤਮਾ ਨੂੰ ਛੂਣਾ ਪਊਗਾ ਤਾਂ ਹੀ ਉਹ ਸਦਾ ਲਈ ਇੱਕ ਬਦਲਿਆ ਹੋਇਆ ਇਨਸਾਨ ਹੋਊਗਾ ਤੇ ਆ ਹੋ ਗਿਆ ਤਾਂ ਇਹ ਉਹ ਕਿੱਥੋਂ ਤੁਹਾਨੂੰ ਮਿਲਦਾ ਜਦੋਂ ਫੌਜਾਂ ਦੀ ਲੜਾਈ ਦੇ ਵਿੱਚ ਭਾਈ ਕਨੇਹੀ ਹੈ ਜੀ ਪਾਣੀ ਕਿਉਂ ਪਲਾਉਂਦੇ ਸੀਗੇ ਦੁਸ਼ਮਣਾਂ ਨੂੰ ਵੀ ਅਸੀਂ ਉਹਨਾਂ ਨੂੰ ਮਾਰਨ ਲਈ ਥੋੜੀ ਪੈਦਾ ਹੋਏ ਆ ਉਹਨਾਂ ਦੇ ਸਿਰ ਵੱਟਣ ਲਈ ਥੋੜੀ ਪੈਦਾ ਹੋਏ ਆ ਅਸੀਂ ਤਾਂ ਇੱਕ ਜ਼ੁਲਮ ਦੇ ਖਿਲਾਫ ਯੁੱਧ ਲੜ ਰਹੇ ਆ ਸਾਡੇ ਤੇ ਧੱਕਾ ਰਿਹਾ ਅਸੀਂ ਉਹਦਾ ਜਵਾਬ ਦੇ ਰਹੇ ਆ ਜੇ ਉਹਨਾਂ ਦੇ ਕੋਈ ਇਨਸਾਨ ਮਾਰੇ ਜਾਂਦੇ ਆ ਤੇ ਉਹਨਾਂ ਦੀ ਕਰਲਾਟ ਸਾਡੀ ਕਰਲਾਟ ਉਹਨਾਂ ਦਾ ਦੁੱਖ ਸਾਡਾ ਦੁੱਖ ਵੀ ਆ ਜੇ ਉਹ ਪਾਣੀ ਲਈ ਤਰਸਦੇ ਆ ਤੇ ਪਾਣੀ ਪਲਾਉਣਾ ਆਪਣੇ ਬੰਦੇ ਨੂੰ ਵੀ ਭੈਣ ਭਰਾ ਨੂੰ ਛੱਡ ਕੇ ਪਹਿਲਾਂ ਉਸ ਨੂੰ ਪਲਾਉਣਾ ਮੇਰਾ ਫਰਜ਼ ਬਣਦਾ ਕਿਉਂਕਿ ਇਨਸਾਨੀਅਤ ਹੈ ਮਾਨਵੀਅਤ ਥੋੜੀ ਪੈਦਾ ਕਰਨ ਦੀ ਧਰਤੀ ਤੇ ਆ ਜੀ ਗੋਲੀਆਂ ਚ ਚਲਾਉਂਦੇ ਸੀ ਸਾਰਿਆਂ ਦੇ ਉੱਤੇ ਅਥਰੂ ਗੈਸ ਛੱਡੀ ਮੇਰੀ ਵੀ ਉੱਥੇ ਸਾਟਾਂ ਲੱਗੀਆਂ ਸਾਨੂੰ ਪੱਗ ਨੂੰ ਵੀ ਅੱਗ ਲੱਗੀ ਸੀਗੀ ਜਦੋਂ ਆਪਾਂ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਸਿੰਘੂ ਸਿੰਘੂ ਦੇ ਉੱਤੇ ਗੋਲੀਆਂ ਚੱਲੀਆਂ ਸੀ ਜਿੱਥੇ ਜੀਟੀ ਰੋਡ ਵਾਲਾ ਸੀ ਤਾਂ ਸ਼ਾਮ ਤੱਕ ਜਦੋਂ ਲੰਗਰ ਆਇਆ ਤੇ ਉਸੇ ਪੁਲਿਸ ਨੂੰ ਸਾਡੇ ਬੰਦੇ ਲੰਗਰ ਪੁੱਛ ਰਹੇ ਸੀ ਖਲਾ ਰਹੇ ਸੀ ਕਿੱਡੀ ਵੱਟੀ ਗੱਲ ਆ ਆਪਾਂ ਨੂੰ ਅੱਪਾ ਮਤਲਬ ਮੈਂ ਇਹ ਕਹਿਣਾ ਕਿ ਇਹ ਹੈ ਧਰਮ ਇਹ ਹੈ ਧਰਮ ਦੀ ਫਲਸਫਾ ਇਹ ਹੈ ਧਰਮ ਦੀ ਮਾਨਤਾ ਪਰ ਜੇ 24 ਘੰਟੇ ਪਾਣ ਚੜਾਈ ਤੁਰੇ ਜਾਵਾਂਗੇ ਚੜਾਈ ਤੁਰੇ ਜਾਵਾਂਗੇ ਤਾਂ ਫੇਰ ਅਸੀਂ ਇਨਸਾਫ ਲੈਣ ਦੀ ਜਗਾ ਕੁਝ ਹੋਰ ਨਾ ਕਰ ਲਈ ਮੈਨੂੰ ਇਸ ਗੱਲ ਦੀ ਹਮੇਸ਼ਾ ਇੱਕ ਚਿੰਤਾ ਰਹਿੰਦੀ ਹੈ ਡੇਢ ਮਹੀਨੇ ਦਾ ਟਾਈਮ ਬਿਲਕੁਲ ਠੀਕ ਹੈ ਡੇਢ ਮਹੀਨੇ ਨਾਲ ਕੀ ਹੋ ਜਾਊਗਾ ਇਹਦੇ ਹੱਥ ਕਿਹੜੀ ਚਾਬੀ ਜਿਹੜੀ 7 ਸਾਲ ਚ ਨਹੀਂ ਹੋਇਆ 1.5 ਮਹੀਨੇ ਦਾ ਟਾਈਮ ਉਹਨਾਂ ਦੇ ਮੂੰਹੋਂ ਨਿਕਲੇਗਾ ਕੁਝ ਦਿਨਾਂ ਦਾ ਫਿਰ ਜਿਹੜੀ ਇਹਦੇ ਚ ਸਾਰੀ ਗੱਲ ਚ ਪੇਚ ਆ ਉਹ ਪੇਚ ਕੀ ਆ ਇਨਸਾਫ ਮਿਲੂਗਾ ਹੁਣ ਤੁਹਾਡਾ ਇਨਸਾਫ ਦਾ ਮਤਲਬ ਇਹ ਕਿਆ ਉਧਰ ਕ੍ਰਿਸ਼ਨ ਭਗਵਾਨ ਉਹਨਾਂ ਦੇ ਪੇਰੈਂਟ ਦਾ ਤਾਂ ਦੂਜੇ ਜਿਹੜੇ ਸਾਡੇ ਸਿੰਘ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰ ਦਾ ਅਰਥ ਦੂਜਾ ਆ ਪੁਲਿਸ ਦਾ ਅਰਥ ਤੀਜਾ ਆ ਕੋਰਟਾਂ ਦਾ ਅਰਥ ਚੌਥਾ ਆ ਔਰ ਸਰਕਾਰ ਦਾ ਜਿਹੜੀ ਹੁਣ ਵਾਲੀ ਸਰਕਾਰ ਹੈ ਉਹਨਾਂ ਦਾ ਅਰਥ ਪੂਰਿਆ ਖਾਲਸਾ ਸਿੰਘਾਂ ਦਾ ਅਰਥ ਪੂਰਿਆ ਇਸ ਕਰਕੇ ਤੁਸੀਂ ਇਨਸਾਫ ਕਿਹਨੂੰ ਕਹਿੰਦੇ ਆ ਕੀ ਇਨਸਾਫ ਹੈਗਾ ਹਰ ਕੋਈ ਆਪੋ ਆਪਣਾ ਉਹਦੇ 'ਚ ਅਰਥ ਕੱਢੀ ਬੈਠਾ ਹੁਣ ਤੁਸੀਂ ਤੇ ਕਹਿ ਦੋਗੇ ਕਿ ਡੇਢ ਮਹੀਨੇ ਦੇ ਬਾਅਦ ਆਹ ਦੇਖੋ ਜੀ ਅਸੀਂ ਕੇਸ ਦਰਜ ਕਰਤੇ ਕੇਸ ਚੱਲ ਪਿਆ ਇਨਸਾਫ ਹੋ ਗਿਆ ਉਹ ਕਹਿਣਗੇ ਕਿ ਮੁਸ਼ਕਾਂ ਬਣ ਕੇ ਸਾਡੇ ਸਾਹਮਣੇ ਲਿਆਓ ਤੇ ਇਹਨਾਂ ਨੂੰ ਕੋੜੇ ਮਾਰੋ ਜਿਹੜੇ ਸੀਗੇ ਅਸੀਂ ਤੇ ਸਾਡੇ ਤਾਂ ਇਨਸਾਫ ਦਾ ਇਹ ਤੋਂ ਥੱਲੇ ਹੈ ਹੀ ਨਹੀਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਬਹੁਤੀ ਉਸ ਕਿਸਮ ਦੀ ਨੇੜੇ ਪਹੁੰਚ ਗਏ ਆ ਜੋ ਜੋ ਲੋਕ ਚਾਹੁੰਦੇ ਆ ਪਰ ਠੀਕ ਹੈ ਚੰਗਾ ਬਿਆਨ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਇਨਸਾਫ ਨਹੀਂ ਮਿਲਿਆ ਤਾਂ ਫਿਰ ਮੈਂ ਸਰਕਾਰ ਦੇ ਨਾਲ ਨਹੀਂ ਮੈਂ ਇਹੋ ਜੀਆਂ ਸਰਕਾਰਾਂ ਤੋਂ ਕੀ ਲੈਣਾ ਜੋ ਸਾਡੇ ਸਿੱਖ ਖੁਲਤਾਰ ਸਿੰਘ ਸੰਧਵਾਨ ਨੇ ਕਿਹਾ ਅੱਜ ਕਿ ਅਸੀਂ ਉਹਦੇ ਤੋਂ ਕੀ ਲੈਣਾ ਇਹਨਾਂ ਸਰਕਾਰਾਂ ਤੋਂ ਵੀ ਕੀ ਲੈਣਾ ਜੇ ਸਾਡੇ ਸਿੱਖ ਸਮੁਦਾਏ ਦੇ ਨਾਲ ਹੀ ਤੱਕਾ ਹੋ ਗਿਆ ਓਵਰ ਆਲ ਇਸ ਗੱਲ ਦਾ ਕਾਫੀ ਵੇਗ ਹੈਗਾ ਡੇਢ ਮਹੀਨਾ ਵੀ ਤੁਹਾਡੇ ਸਾਹਮਣੇ ਲੰਘ ਜਾਣਾ ਹੈ ਦੀਵਾਲੀ ਨੇ ਵਿੱਚ ਲੈ ਜਾਣਾ ਕੁਝ ਕੁਝ ਸਮਾਂ ਤੇ ਗਾਂ ਸਿਆਲ ਦੇ ਛੋਟੇ ਦਿਨ ਹੁੰਦੇ ਆ ਆ ਉਹ ਗਿਆ ਤੇ ਆ ਉਹ ਗਿਆ ਡੇਢ ਮਹੀਨਾ ਕੀ ਹੈ ਨਵੰਬਰ ਐਂਡ ਹੀ ਆ ਦਸੰਬਰ ਸ਼ੁਰੂ ਚੀ ਦੇਖ ਲਿਓ ਤੁਸੀਂ ਪਰ ਜਿਹੜੇ ਉੱਥੇ ਯੁੱਧ ਦੇ ਬਿਗਲ ਵਜਾਤੇ ਆ ਉਹਨਾਂ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਜ਼ਰੂਰ ਗੂੰਜ ਰਹੀ ਹੈ ਇਹਦੇ ਵਿੱਚ ਪ੍ਰੋਫੈਸਰ ਸਬ ਕੁਮਰ ਵਿਜੇ ਪ੍ਰਤਾਪ ਉਹਨਾਂ ਦਾ ਜ਼ਿਕਰ ਵੀ ਬੜਾ ਅਹਿਮ ਹੁੰਦਾ ਹੈ ਦੇਖੋ ਉਹਨਾਂ ਦੀ ਮੈਂ ਸਪੀਚ ਬੜੇ ਧਿਆਨ ਨਾਲ ਕਲਾਕਲਾ ਸ਼ਬਦ ਸੁਣਿਆ तकरीबन ਮੇਰਾ ਖਿਆਲ ਅੱਧਾ ਘੰਟਾ ਤੇ ਘੱਟੋ-ਘੱਟ ਹੀ ਉਹ ਹੈਗਾ ਲੰਬਾ ਪਾਠਨ ਔਰ ਬੜਾਈ ਵੈਲ ਡਾਕੂਮੈਂਟਡ ਜਿਵੇਂ ਇੱਕ ਵਕੀਲ ਉਹ ਖੁਦ ਉਹਨਾਂ ਨੇ ਲੌਕ ਕੀਤੀ ਹੋਇਆ ਨਾਲ ਦੋ ਵਕੀਲ ਹੋਰ ਖੜੇ ਕੀਤੇ ਆ ਸਾਰਾ ਕਾਗਜ਼ ਪੱਤਰੀ ਲੈ ਕੇ ਨਾਲ ਗਏ ਹੋਏ ਸੀ ਤੇ ਬੜੀ ਸਿਆਣੇ ਬੰਦਿਆ ਵਾਂਗੂ ਸਾਰੀ ਗੱਲ ਉੱਥੇ ਉਹਨਾਂ ਨੇ ਰੱਖੀ ਆ ਉਹਨਾਂ ਦੀ ਸਪੀਚ ਦਾ ਸਾਰੀ ਦਾ ਜਾਂ ਉਹਨਾਂ ਦੇ ਆਰਗੂਮੈਂਟ ਦਾ ਸਾਰੰਸ਼ ਇਹੀ ਹੈ ਕਿ ਦੇਖੋ 7 ਸਾਲ ਕੁਝ ਹੋਇਆ ਨਹੀਂ ਗਾਂ ਕੁਝ ਬਹੁਤਾ ਹੋਣਾ ਨਹੀਂ ਕਿਉਂਕਿ ਜਿਹੜੀਆਂ ਐਸਆਈਟੀ ਬਣਾਈਆਂ ਹੋਈਆਂ ਉਹਨਾਂ ਨੇ ਉਹਦੇ ਤੇ ਹੀ ਸਵਾਲ ਖੜੇ ਕਰਤੇ ਔਰ ਬਹੁਤ ਆਰਗੂਮੈਂਟ ਦੇ ਕੇ ਤੇ ਇੰਟਰਨਲ ਜਿਹੜੀ ਅੰਦਰੂਨੀ ਗੱਲਾਂ ਸੀ ਉਹ ਸਾਰੀਆਂ ਲੋਕਾਂ ਦੇ ਸਾਹਮਣੇ ਰੱਖ ਕੇ ਲੋਕਾਂ ਨੂੰ ਸਾਫ਼ ਕਰ ਦਿੱਤਾ ਕਿ ਕੁਝ ਬਹੁਤਾ ਨਿਕਲਣਾ ਨਹੀਂ ਆ ਜਿੰਨੀਆਂ ਐਡੀ ਪੇਛੀ ਹੋ ਗਈ ਔਡੀ ਪੇਛੀ ਹੋ ਗਈ ਆ ਕਾਗਜ਼ ਇਧਰੋਂ ਆ ਗਿਆ ਆ ਕਾਗਜ਼ ਉਧਰ ਚਲਾ ਗਿਆ ਇਹ ਸਾਰੀਆਂ ਗੁੰਗਲੀਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਇੱਕ ਕਿਸਮ ਦਾ ਭਰਮ ਭਾਜ ਆ ਪੈਦਾ ਕਰਨ ਵਾਲੀ ਗੱਲ ਆ ਕਿ ਅਸੀਂ ਬਹੁਤ ਤਕੜੀ ਰਿਪੋਰਟ ਤੇ ਬਹੁਤ ਤਕੜੇ ਚਲਾਨ ਤੇ ਬਹੁਤ ਤਕੜਾ ਇਨਸਾਫ ਕਰਨ ਜਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਕੋਰਟ ਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਲੜਨਾ ਹੀ ਚਾਹੀਦਾ ਕੋਟ ਸਾਡੀਆਂ ਹੈਗੀਆਂ ਉੱਥੋਂ ਉਮੀਦ ਨਹੀਂ ਛੱਡਣੀ ਚਾਹੀਦੀ ਪਰ ਨਾਲ ਹੀ ਲਗਾਤਾਰ ਇਹ ਵੀ ਕਹੀ ਗਈ ਕਿ ਉੱਥੋਂ ਹੁਣ ਕੁਝ ਬਹੁਤਾ ਨਿਕਲਣਾ ਨਹੀਂ ਕਿਉਂਕਿ ਜਦ ਆਧਾਰ ਜਿਨ੍ਹਾਂ ਨੇ ਜਿਨ੍ਹਾਂ ਨੇ ਉੱਥੇ ਕੁਝ ਦਬਾਉਣਾ ਉਹ ਕਿਸੇ ਆਧਾਰ ਤੇ ਹੀ ਕੋਟ ਦਊਗੀ ਨਾ ਤੇ ਜੋ ਆਧਾਰ ਹੀ ਐਡਾ ਕਮਜ਼ੋਰ ਰੱਖਤਾ ਤਾਂ ਫਿਰ ਜੋ ਨਿਕਲਣਾ ਕੀ ਹੈ ਜੇ ਤੁਸੀਂ ਨਿੰਬੂ ਹੀ ਸੜੇ ਹੋਏ ਸੁੱਕੇ ਹੋਏ ਨਿੰਬੂ ਲਾਏ ਤੇ ਅਸਰ ਉਹਦੇ ਚ ਰਸ ਕੀ ਨਿਕਲਣਾ ਫਿਰ ਸਕੰਜਵੀ ਕਿੱਥੋਂ ਪੀਣੀ ਹੈ ਜੇ ਤੁਸੀਂ ਉੱਥੇ ਮੀਚੀ ਜਿਹੜੀ ਪੇਸ਼ ਕਰਨੀ ਜਿੱਤੇ ਫੈਸਲਾ ਹੋਣਾ ਉਹ ਹੀ ਜੇ ਇੰਨੇ ਲੂਪ ਹੋਲ ਦੇ ਨਾਲ ਰੱਖੀ ਕਮਜ਼ੋਰ ਰਿਪੋਰਟਾਂ ਚਲਾਨ ਪੇਸ਼ ਕੀਤੇ ਤੇ ਕੁਝ ਨਹੀਂ ਨਿਕਲਣਾ ਉਹਨਾਂ ਦਾ ਕਹਿਣਾ ਇਹ ਹੈ ਕਿਉਂਕਿ ਉਹ ਪੁਲਿਸ ਦੇ ਵੀ ਆਈਜੀ ਰਹੇ ਆ ਤੇ ਨਾਲ ਹੀ ਉਹ ਕਾਨੂੰਨ ਦੀ ਵੀ ਸਿੱਖਿਆ ਲਈ ਹੋਈ ਹੋਣਾ ਐਲ ਐਲ ਬੀ ਕੀਤੀ ਅਗਲੀ ਗੱਲ ਫਿਰ ਉਹਨਾਂ ਨੇ ਕੀ ਕਿਹਾ ਉੱਥੇ ਉਹਨਾਂ ਦੀ ਆਵਾਜ਼ ਖਾਲਸਿਆਂ ਨਾਲ ਜ਼ਿਆਦਾ ਸੀਗੀ ਰਲਦੀ ਜੋ ਉੱਥੇ ਖਾਲਸੇ ਸਾਰੇ ਬੁਲੇ ਸੋਨੇ ਹਾਲ ਦੇ ਨਾਰਿਆਂ ਦੀ ਗੂੰਜ ਵਿੱਚ ਕਹਿ ਰਹੇ ਸੀ ਕਿ ਚਲੋ ਡੇਢ ਮਹੀਨਾ ਇੰਤਜ਼ਾਰ ਕਰਦੇ ਹਾਂ ਫਿਰ ਆਪਾਂ ਖਾਲਸਾਈ ਇੱਥੇ ਜਿਹੜੇ ਬੋਲ ਬਾਲੇ ਆ ਜਾਂ ਵਰਤਾਓ ਰਾਜਨੀਤਿਕ ਬਤੀਰਾ ਉਸ ਦੀ ਸ਼ੁਰੂਆਤ ਉਸ ਦਿਨ ਤੋਂ ਅਸੀਂ ਕਰਾਂਗੇ ਡੇਢ ਮਹੀਨਾ ਨਾਨੂ ਦੇ ਦਿੱਤਾ ਜਿਆਦਾ ਸੂਈ ਉਹਨਾਂ ਦੀ ਉਹਨਾਂ ਖਾਲਸਿਆਂ ਦੇ ਨਾਲ ਘੁੰਮਦੀ ਦਿਖੀ ਕੁਮਰ ਵਿਜੇ ਪ੍ਰਤਾਪ ਦੀ ਜਿਹੜੇ ਇਸ ਗੱਲ ਦੀ ਕਹਿ ਰਹੇ ਸੀ ਕਿ ਇਨਸਾਫ ਤੇ ਫਿਰ ਉਹਨਾਂ ਰਾਜਨੀਤਿਕ ਤੌਰ ਤੇ ਲੈਣਾ ਪਊ ਸੜਕਾਂ ਗਲੀਆਂ ਦੇ ਉੱਤੇ ਵੱਡੇ ਮਜਾਰੇ ਕਰਕੇ ਲੈਣਾ ਪਊ ਉਹਨਾਂ ਦੀ ਜਿਆਦਾ ਜਿਹੜੀ ਹੈ ਆਰਗੂਮੈਂਟ ਦੀ ਧਾਰਾ ਉਸ ਪਾਸੇ ਨੂੰ ਜਾਂਦੀ ਲੱਗੀ ਹੂੰ ਦੇਖਣਾ ਹੋਵੇਗਾ ਕਿ ਕੁਲਤਾਰ ਸਿੰਘ ਸੰਧਵਾ ਤੇ ਕੈਬਨਟ ਮੰਤਰੀ ਇੰਦਰਵੀਰ ਸਿੰਘ ਤੇ ਹੋਰੀ ਤੇ ਲੈ ਇਹ ਸਾਰੇ ਮੰਤਰੀ ਸਹਿਬਾਨ ਤੇ ਨਾਲ ਕੁਮਰ ਵਿਜੇ ਪ੍ਰਤਾਪ ਖੁਰਾਂ ਦੀ ਜਿਹੜੀ ਜੋ ਕੁਝ ਉਹਨਾਂ ਨੇ ਉੱਥੇ ਜਾ ਕੇ ਹਾਜ਼ਰੀ ਭਰ ਕੇ ਕਿਹਾ ਉਹਦਾ ਕਿੰਨਾ ਕਸਰ ਸਰਕਾਰ ਦੇ ਹੁੰਦਾ ਮੈਂ ਪ੍ਰੋਫੈਸਰ ਸਾਹਿਬ ਜਾਂਦੇ ਜਾਂਦੇ ਸਵਾਲ ਬੜਾ ਇਹ ਵੀ ਅਹਿਮ ਹੈ ਕਿ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਬੇਅਦਵੀ ਦੇ ਮਸਲਿਆਂ ਦੀਆਂ ਤਾਰਾਂ ਜਿਹੜੀਆਂ ਸਿੱਧੀਆਂ ਜਾ ਕੇ ਜਾ ਕੇ ਡੇਰਾ ਸਿਰਸਾ ਦੇ ਨਾਲ ਜੁੜਦੀਆਂ ਰਾਮ ਰੇਵ ਨੂੰ ਪੁੱਛ ਕੇ ਚ ਦੇ ਲਈ ਇੱਕ ਵਾਰੀ ਇਹਨਾਂ ਨੇ ਚਾਰਾ ਜਿਹਾ ਵੀ ਕੀਤੀ ਸੀ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਪਰ ਹਰਿਆਣਾ ਸਰਕਾਰ ਨੇ ਕੋਈ ਹੱਥ ਪੰਨਾ ਦਿੱਤਾ ਨਹੀਂ ਜੇ ਕਹਿ ਲਵਾਂ ਕਿ ਉਸ ਕਿਸਮ ਦੀ ਗੱਲ ਅੱਗੇ ਵਧੀ ਨਹੀਂ ਤੇ ਬਾਅਦ ਵਿੱਚ ਜਾ ਕੇ ਐਸਆਈਟੀ ਜਿਹੜੀ ਦੂਜੀ ਆ ਉਹਨੇ ਜਾ ਕੇ ਪੁੱਛਗਿੱਛ ਕੀਤੀ ਵੀ ਸਗੀ ਪਰ ਹੁਣ ਸਵਾਲ ਇੱਥੇ ਇਹ ਆ ਕਿ ਸ਼੍ਰੋਮਣੀ ਕਮੇਟੀ ਵੀ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਕਿ ਜੀ ਤੁਸੀਂ ਦੋਹਰਾ ਸਟੈਂਡ ਕਿਉਂ ਰੱਖਦੇ ਹੋ ਰਾਮ ਰਹੀਮ ਬਾਹਰ ਆ ਰਿਹਾ ਹੈ ਹਰਿਆਣੇ ਦੀਆਂ ਪੰਚਾਇਤੀ ਚੋਣਾਂ ਨੇ ਹੋਰ ਵੀ ਚੋਣਾਂ ਦੇ ਅੱਗੇ ਅੱਗੇ ਵਿਗਲ ਵੱਜ ਰਹੇ ਨੇ ਤਾਂ ਫਿਰ ਸਰਕਾਰ ਦੀ ਮਨਸ਼ਾ ਤੇ ਸਵਾਲ ਉੱਠਨੇ ਲਾਜ਼ਮੀ ਨੇ ਬਿਲਕੁਲ ਠੀਕ ਹੈ ਇਹ ਮੁੱਦਾ ਵੀ ਜਿਵੇਂ ਪਾਣੀਆਂ ਦਾ ਮੁੱਦਾ ਰਾਜਨੀਤਿਕ ਬਰ ਗਾੜੀ ਵਾਲਾ ਮੁੱਦਾ ਵੀ ਰਾਜਨੀਤਿਕ ਰੰਗ ਲੈ ਚੁੱਕਾ ਇਨਸਾਫ ਵਾਲੀ ਗੱਲ ਨਹੀਂ ਐ ਸੜਕਾਂ ਦੇ ਕਹਿੰਦੇ ਫੈਸਲਾ ਹੋਊਗਾ ਕੋਰਟ 'ਚ ਵੀ ਕੋਈ ਬਹੁਤੀ ਉਮੀਦ ਨਹੀਂ ਤੇ ਇਹ ਮੁੱਦਾ ਵੀ ਰਾਜਨੀਤਿਕ ਰਾਂਗੇ ਇੱਥੇ ਤੇ ਸਾਡੇ ਤੇ 24 ਘੰਟੇ ਰਾਜਨੀਤਿਕ ਰੰਗ ਹੀ ਰਹਿੰਦੇ ਆ ਥੱਲੇ ਭਾਵੇਂ ਲੋਕ ਨਿਆਣੇ ਜਿਹੜੇ ਆ ਪਾਇਆ ਦੁੱਧ ਨੂੰ ਵੀ ਬਿਲਕਦੇ ਹੁਣ ਉਹਦਾ ਕੋਈ ਕਿਸੇ ਦਾ ਧਿਆਨ ਨਹੀਂ ਹੈਗਾ ਇਸੇ ਇਹੀ ਮੈਨੂੰ ਦੁੱਖ ਵੀ ਹੁੰਦਾ ਕਈ ਵਾਰੀ ਵੀ ਆਪਾਂ ਐਨੀ 24 ਘੰਟੇ ਕਿੱਥੇ ਮਿਲ ਜੁਮਾਂ ਮੈਂ ਤੁਸੀਂ ਉਹੀ ਆ ਟੀਵੀ ਵਾਲਿਆਂ ਹਾਂ ਫਿਰ ਪੰਜਾਬ ਦਾ ਹੁਣ ਕੀ ਬਣੂ ਉਹ ਆਪਣੇ ਘਰ ਦੀ ਦਾ ਘਰ ਦੇ ਦਾ ਤੇ ਕੋਈ ਪਤਾ ਨਹੀਂ ਉਹਨਾਂ ਨੂੰ ਵੀ ਕੀ ਬਣੂਗਾ ਪੰਜਾਬ ਦੀ ਕਿੱਡੀ ਚਿੰਤਾ ਜਣੀ ਸਾਡਾ ਇਨਾ ਰਾਜਨੀਤਿਕ ਮਾਈਂਡ ਹੋ ਚੁੱਕਾ ਵੈਸੇ ਤੇ ਚੰਗੀ ਗੱਲ ਆ ਤੁਸੀਂ ਪੰਜਾਬ ਬਾਰੇ ਸੋਚਦੇ ਆਂ ਪੰਜਾਬੀਅਤ ਬਾਰੇ ਸੋਚਦੇ ਆਂ ਸੁਮੱਚੇ ਉਹਦੇ ਬਾਰੇ ਸੋਚਦੇ ਆਂ ਪਰ ਕੱਲਾ ਜਾਂ ਤੇ ਫਿਰ ਤੁਸੀਂ ਉਹਦੇ ਤੇ ਪੂਰੇ ਡੈਡੀਕੇਟਡ ਟੰਗ ਨਾ ਕਰੋ ਕੱਲਾ ਸਵਾਦ ਜਾਂ ਚੁਸਕੀ ਲੈਣ ਲਈ ਨਹੀਂ ਨਾ ਕਰਨਾ ਚਾਹੀਦਾ ਇਥੇ ਵੀ ਇਹ ਰਾਜਨੀਤਿਕ ਤੂਲ ਜ਼ਿਆਦਾ ਫੜ ਗਿਆ ਔਰ ਹੁਣ ਉਸ ਨੂੰ ਪੂਰੇ ਤਰੀਕੇ ਨਾਲ ਜਦੋਂ ਅੰਦਰ ਦਿੱਤਾ ਸੀ ਉਹ ਵੀ ਰਾਜਨੀਤਿਕ ਲਾਹਾ ਲੈਣ ਲਈ ਸੀ ਜਦੋਂ ਹੁਣ ਬਾਰ ਬਾਰ ਜਿਤਨਾ ਕਹਿੰਦੇ ਆ ਡਾਂਗ ਕਿਸੇ ਦਾ ਕੱਢ ਲੈਣਾ ਜਾਂ ਵਾਸਚ ਕਰ ਲੈਣਾ ਸਰਕਸ ਦੇ ਵਿੱਚ ਤਾਂ ਹੀ ਨੱਚਦੇ ਉਹ ਜਿਹੜੇ ਸ਼ੇਰ ਆ ਜਦੋਂ ਉਹ ਰਿੰਗ ਦੇਖਦੇ ਉਹ ਅੱਗ ਲਾਈ ਹੁੰਦੀ ਉਹਦੇ ਵਿੱਚੋਂ ਦੀ ਛਾਲ ਮਾਰਦਾ ਨਹੀਂ ਤੇ ਸਰਕਸ ਸਰਕਸ ਵਾਲਾ ਹੀ ਮਾਰ ਸਕਦਾ ਕਿਉਂਕਿ ਉਹਨੂੰ ਸਿਖਾਤਾ ਕਿ ਤੈਨੂੰ ਅੱਗ ਨਹੀਂ ਲੱਗਦੀ ਅੱਗ ਨਹੀਂ ਐਵੇਂ ਹੀ ਆ ਛਾਲ ਮਾਰ ਤੇ ਉਸ ਤਰੀਕੇ ਨਾਲ ਇਹਨਾਂ ਨੂੰ ਹੁਣ ਬਿਲਕੁਲ ਕਰ ਲੈਣਗੇ ਆਪਣੇ ਹੱਥ ਵਾਸ ਵਿੱਚ ਕਦੀ ਉੱਥੇ ਲੈ ਜਾ ਕਦੀ ਛੱਡ ਦੇ ਕਦੀ ਫੇਰ ਵਾਪਸ ਕਰ ਲਾ ਕਦੀ ਹੁਣ ਕਿਨੂੰ ਕੀ ਕਰਨਾ ਕਿੱਥੇ ਆ ਸਰਸੇ ਰੱਖਣਾ ਜਾਂ ਦਿੱਲੀ ਰੱਖਣਾ ਜਾਂ ਹੋਰ ਕਿਤੇ ਰੱਖਣਾ ਉਹ ਚਲਾਈ ਚਲੂ ਹੀ ਜਾਣਗੇ ਇਹ ਬਾਗਡੋਰ ਜਿਹੜੀ ਆ ਉਹ ਮੈਨੂੰ ਲੱਗਦਾ ਜਿੱਥੇ ਤੱਕ ਕਿ ਖੱਟੜ ਸਾਹਿਬ ਤੇ ਭਾਜਪਾ ਦੇ ਹੱਥ ਵਿੱਚ ਆਈ ਹੋਈ ਹੈ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਉਹਨਾਂ ਦੇ ਪੈਰੋਕਾਰ ਆ ਪਾਪਾ ਜੀ ਦੇ ਉਹ ਤੇ ਬਿਲਕੁਲ ਉਹਨਾਂ ਨੂੰ ਆ ਕਿ ਸਾਰਾ ਸਰਾਸਰ ਧੱਕਾ ਆ ਉਹਨਾਂ ਨਾਲ ਬੇਇਨਸਾਫੀ ਹੋਈ ਆ ਉਹਨਾਂ ਦੀ ਸ਼ਕਤੀ ਨੂੰ ਇਹਨਾਂ ਨੇ ਸਰਕਾਰਾਂ ਨੇ ਚੁਣੌਤੀ ਦਿੱਤੀ ਹੈ ਤੇ ਉਹਦਾ ਬਦਲਾ ਜਿਹੜਾ ਉਸ ਤਰੀਕੇ ਨਾਲ ਕਿਸੇ ਨਾ ਕਿਸੇ ਪਰਮਾਤਮਾ ਜਾਂ ਕੋਈ ਗੈਬੀ ਸ਼ਕਤੀ ਲਾਉਗੀ ਉਹ ਬਿਲਕੁਲ ਜਿਹੜੇ ਭਗਤ ਹੁੰਦੇ ਆ ਉਹ ਭਗਤ ਉਸੇ ਤਰ੍ਹਾਂ ਹੀ ਆ ਤੇ ਇਹਦਾ ਮਤਲਬ ਵੋਟਾਂ ਵੀ ਹੈਗੀ ਇਸ ਗੱਲ ਦਾ ਰਾਜਨੀਤਿਕ ਪਾਰਟੀ ਨਾਲੋਂ ਤੇ ਚੰਗਾ ਤਰ੍ਹਾਂ ਪਤਾ ਉਹ ਤੇ ਕਿਤੇ ਗੁਫਾ ਚ ਵੀ ਹੋਵੇ ਜਮੀਨ ਦੇ ਥੱਲੇ ਵੀ ਵੋਟਾਂ ਦੱਬੀਆਂ ਹੋਣ ਲੋਕ ਥੱਲੇ ਰਹਿੰਦੇ ਹੋਣ ਜਮੀਨ ਦੇ ਉਹ ਵੀ ਗਠਮੁੱਠੀਆਂ ਵੀ ਬਾਹਰ ਕੱਢ ਕੇ ਵੋਟਾਂ ਪਵਾ ਲੈਣਗੇ ਤੇ ਇਹ ਤੇ ਫਿਰ ਧਰਤੀ ਦੇ ਉੱਤੇ ਚੱਲਦੇ ਫਿਰਦੇ ਵੋਟਰ ਹੈਗੇ ਸਭ ਨੂੰ ਪਤਾ ਉਸੇ ਕਰਕੇ ਹੀ ਕਦੀ ਪਰੋਲ ਦੇ ਦਿਓ ਕਦੀ ਮਾਂ ਨੂੰ ਮਿਲਣ ਦਾ ਦੇ ਦਿਓ ਹੁਣ ਦੀਵਾਲੀ ਕਰਕੇ ਜੀ ਬਾਹਰ ਆ ਗਏ ਆ ਪਟਾਕੇ ਚਲਾਉਣੇ ਆ ਬਾਬਾ ਜੀ ਨੇ ਇਹ ਸਾਰਾ ਕੁਝ ਉਹ ਆਇਆ ਆ ਤੇ ਮਤਲਬ ਇਹਦਾ ਬਿਲਕੁਲ ਤੇ ਬਿਲਕੁਲ ਰਾਜਨੀਤਿਕ ਕਿਸੇ ਨੂੰ ਲਾਹਾ ਦੇਣਾ ਤੇ ਕਿਸੇ ਤੋਂ ਲਾਹਾ ਲੈਣਾ ਇਸ ਕਿਸਮ ਦੀ ਹੀ ਪ੍ਰਵਿਰਤੀ ਚੋਂ ਜਾਂ ਫੈਸਲੇ ਚੋਂ ਉਹਨਾਂ ਨੂੰ ਪ੍ਰੋਲ ਮਿਲੀ ਹਾਲਾਂਕਿ ਜਿਹੜੇ ਛਤਰਪਤੀ ਹੈ ਆਂਛੂਲ ਛਤਰਪਤੀ ਉਹਨਾਂ ਦੇ ਪਿਤਾ ਜੀ ਨੂੰ ਮਾਰਤਾ ਸੀਗਾ ਤੁਹਾਨੂੰ ਪਤਾ ਉਹੀ ਕੇਸ ਹੈ ਉਹਨਾਂ ਦੇ ਉੱਤੇ ਹਾਂ ਕੋਹ ਰੇਪ ਦਾ ਵੀ ਕੇਸ ਕਈ ਕੁਝ ਰਹ ਗਿਆ ਰਾਮ ਰਹੀਮ ਹੋਣਾ ਤੇ ਉਹਨਾਂ ਨੇ ਇਸ ਗੱਲ ਦਾ ਵੀ ਅਫਸੋਸ ਪ੍ਰਗਟ ਕੀਤਾ ਕਿ ਉਹਨਾਂ ਨੇ ਪੁੱਛਿਆ ਮੀਡੀਆ ਵਾਲਿਆਂ ਨੇ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਹਿੰਦੇ ਸਾਨੂੰ ਪਤਾ ਇਹ ਇੰਨਾ ਵੀ ਆਪਾਂ ਇਹਨਾਂ ਨੂੰ ਬਾਬਿਆਂ ਨੂੰ ਜਾਂ ਰਾਮ ਰਹੀ ਮਹਾਰਾਜ ਨੂੰ ਘਟਾ ਕੇ ਨਹੀਂ ਦੇਖਦੇ ਪਰ ਸਾਡੀ ਲੜਾਈ ਜਿਵੇਂ ਪਹਿਲਾਂ ਇੰਨੇ ਲੰਬੇ ਉਮਰ ਦੇ ਆਪਾਂ ਮੈਂ ਆਪਣੇ ਫਾਦਰ ਦੀ ਸ਼ਹਾਦਤ ਦੇ ਕੇ ਵੀ ਕੁਰਬਾਨੀ ਦੇ ਕੇ ਵੀ ਇਹ ਲੜਾਈ ਜਾਰੀ ਰੱਖਿਆ ਅਸੀਂ ਅੱਗੇ ਵੀ ਉਹ ਲੜਾਈ ਇਨਸਾਫ ਲਈ ਜਾਰੀ ਰੱਖਾਂਗੇ ਇਸ ਲਈ ਸਵਾਲ ਹੁੰਦਾ ਹੈ ਕਿ ਕਿਹੋ ਜਿਹਾ ਲੋਕਤੰਤਰ ਹੈ ਡੈਮੋਕ੍ਰੇਸੀ। ਸ਼ੁਕਰੀਆ ਪ੍ਰਵਤਸਾ ਸਾਹਿਬ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ।